जी, गुड इवनिंग जी, की हाल चाल सारे का चढ़ती कला दे विचों। एक्साइटेड फॉर मंडे कि नहीं? सो कई तो बहुत एक्साइटेड होने हैं जी, खास करके जिन्हें लास्ट वीक दे विच प्रॉफिट बनाया, तो जिन्हें ने नहीं बनाया वो मैं लगता थोड़े जे गुस्से दे विच होंगे कि जल्दी जल्दी आवे, छेती छेती प्रॉफिट बनाइए कि नहीं। सो ये चीज़ा चल रही होनी थोड़े माइंड दे विच। सो वेलकम टू अनदर लाइव, करते हैं गलबात लास्ट वीक दे विच की होया, नेक्स्ट वीक दे विच की होने जा रहा, उन्हां सारियां चीज़ां ते जिहड़े भी तुहाडा कोई स्टॉक पुछना चाहुंदे हो, जिहदे बारे कोई चार्ट दे बारे, तां मैसेज कर दिओ तुसीं लाइव चैट दे विच, क्योंकि इह ना होवे कि मैसेज एंड ते आवे ते फिर मैनूं आंसर ना कीता जावे। सो सति श्री अकाल विक जी, गुड मॉर्निंग भाजी, गुड मॉर्निंग जी, गुड मॉर्निंग, गुड आफ्टरनून, गुड ईवनिंग, सो जान लगे गुड नाइट भी कर जाएंगे। सो गलबात शुरू करते हैं जी थोड़ी जी। सब तो पहला सो थोड़ी जी दुनियादारी ते लाइफ दे विच की चल रहा, उन्हां चीज़ां ते कित्थे कित्थे आपां नूं जिंदगी दे विच भी फोकस करना चाहिए। वैसे तो इहो जे टॉपिक जिहड़े आ, मैं बहुत जिहड़ा क्लोज सर्कल हुंदा उहदे नाल डिस्कस करदा हुंदा, या कोई ना कोई बंदा जिहदे नाल अपनी सोच रलदी आ, पर मैं क्या फिर भी जे आपां स्टॉक मार्केट बारे लोकां नूं जानकारी दे रहे हां तां क्यों ना थोड़ी जी लाइफ दे बारे भी जानकारी दित्ती जावे, तां कि जे कोई स्टॉक मार्केट बारे जिहड़ी नॉलेज आ उहनूं इंप्लीमेंट करके कुछ ना कुछ बेनीफिट लै रहा, तो हो सकता जिहड़ी मैं अज्ज गल्लां बातां शेयर करनियां ने ते उन्हां नूं तुसीं इंप्लीमेंट करके ते होर लाइफ दे विच वी बेनीफिट लै सकदे हो कोई ना कोई। सो शुरू करते हैं गलबात कि किहड़ियां तीन चीज़ां ने जिन्हां नूं आपां नूं जिन्हां दे लई आपां नूं एवरीडे फाइट करना चाहिए। सो दिस शुड बी योर प्रायोरिटी, आपां कह सकते हैं जिन्हां दे लई तुहानूं फाइट करना चाहिए एवरीडे। सो तीजे नंबर ते की आ जी, सब तों वैल्थ। सो पैसे लई तुहानूं एवरीडे फाइट करना चाहिए। जे तुहाडा दिन मान लो कि 12 घंटे तुसीं जाग रहे हो, ਇਹਦੇ ਵਿੱਚ ਜਿਹੜਾ ਸਕੈਜੂਲ ਆ ਕਿੰਨਾ ਟਾਈਮ ਤੁਸੀਂ ਪੈਸਾ ਬਣਾਉਣ ਤੇ ਫੋਕਸ ਦੇ ਰਹੇ ਆ ਉਹ ਤੁਹਾਡੇ ਸਕੈਜੂਲ ਦੇ ਵਿੱਚ ਹੋਣਾ ਚਾਹੀਦਾ ਐਵਰੀਡੇ, ਜਿਹੜਾ ਕਿ ਆਪਣਾ ਮੋਸਟਲੀ ਜੇ ਆਪਾਂ ਦੇਖੀਏ ਇਨ੍ਹਾਂ ਕੰਟਰੀਆਂ ਦੇ ਵਿੱਚ ਤੇ ਆਲਰੇਡੀ ਉਹ ਤੇ ਇਨਬਿਲਟੀ ਆ ਕੰਮ, ਕਿ ਤੁਹਾਨੂੰ 7-8 ਘੰਟੇ ਕੋਈ ਕੰਮ ਤੇ ਲਾ ਰਿਹਾ, ਕਿਤੇ ਨਾ ਕਿਤੇ ਲਗਾ ਰਿਹਾ, ਤਾਂ ਉਹ ਚੀਜ਼ ਲਈ ਤੁਸੀਂ ਫਾਈਟ ਕਰੋ ਐਵਰੀਡੇ। ਬਟ ਜਿਹੜੀਆਂ ਦੂਸਰੀਆਂ ਦੋ ਚੀਜ਼ਾਂ ਵਾ ਉਹਨਾਂ ਨੂੰ ਆਪਾਂ ਮੋਸਟਲੀ ਇਗਨੋਰ ਕਰ ਦਿੰਦੇ ਆ, ਕਿਉਂਕਿ ਆਪਣੀ ਪ੍ਰਾਇੋਰਿਟੀ ਸਿਰਫ ਇਹੀ ਬਣ ਜਾਂਦੀ ਆ। ਦੂਸਰੇ ਨੰਬਰ ਤੇ ਕੀ ਆ ਜੀ? ਹੈਲਥ ਲਈ। ਸੋ ਹੈਲਥ ਲਈ ਵੀ ਤੁਹਾਨੂੰ ਐਵਰੀਡੇ ਫਾਈਟ ਕਰਨਾ ਚਾਹੀਦਾ, ਕੋਈ ਨਾ ਕੋਈ ਆਪਣੇ ਸਕੈਜੂਲ ਦੇ ਵਿੱਚ ਟਾਈਮ ਕੱਢਣਾ ਚਾਹੀਦਾ। ਹੈਲਥ ਮੈਂ ਇਹ ਨਹੀਂ ਕਹਿ ਰਿਹਾ ਕਿ ਸਾਰੇ ਜਾ ਕੇ ਜਿਮ ਦੀ ਮੈਂਬਰਸ਼ਿਪ ਲੈ ਲਓ ਤੇ ਉੱਥੇ ਭਾਰ ਚੁੱਕਣ ਲੱਗ ਜਾਓ, ਚਾਹੇ ਤੁਸੀਂ ਸੈਰ ਕਰੋ ਸਵੇਰੇ ਜਾਂ ਸ਼ਾਮ ਨੂੰ, ਕੋਈ ਨਾ ਕੋਈ ਐਕਸਰਸਾਈਜ਼ ਜਾਂ ਯੋਗਾ ਕੁਛ ਨਾ ਕੁਛ ਕਰੋ ਜਿਹੜੀ ਚੀਜ਼ ਤੁਹਾਡੀ ਹੈਲਥ ਨੂੰ ਇੰਪਰੂਵ ਕਰੇ ਐਵਰੀਡੇ। ਸੋ ਕਿਉਂਕਿ ਆਪਾਂ ਕੀ ਹੈ ਇੱਥੇ ਲਾਈਫ ਸਟਾਈਲ ਬਿਜ਼ੀ ਹੁੰਦਾ ਤੇ ਆਪਾਂ ਤੀਜੇ ਨੰਬਰ ਵਾਲੀ ਜਿਹੜੀ ਚੀਜ਼ ਆ ਜਿਹੜੀ ਵੈਲਥ ਆ ਉੱਤੇ ਹੀ ਪੈਸਾ ਬਣਾਉਣ ਵਾਲੀ ਚੱਕਰੀ ਦੇ ਵਿੱਚ ਜ਼ਿਆਦਾ ਚੜ ਜਾਂਦੇ ਆ ਤੇ ਇੱਥੇ ਵੀ ਧਿਆਨ ਨਹੀਂ ਦਿੰਦੇ ਸਿਹਤ ਤੇ, ਤੇ ਜੋ ਸਿਹਤ ਵਿਗੜ ਜਾਂਦੀ ਹੈ ਤੁਹਾਨੂੰ ਪਤਾ ਕਿ ਫਿਰ ਬੰਦਾ ਪੈਸੇ ਨੂੰ ਇੰਜੋਏ ਵੀ ਨਹੀਂ ਕਰਨਾ ਕਰ ਸਕਦਾ ਇੰਨਾ ਜ਼ਿਆਦਾ। ਸੋ ਤਾਂ ਕਰਕੇ ਤੁਹਾਡਾ ਫੋਕਸ ਇਹ ਵੀ ਹੋਣਾ ਚਾਹੀਦਾ ਕਿ ਦਿਨ ਦੇ ਵਿੱਚ ਕੁਛ ਨਾ ਕੁਛ ਟਾਈਮ ਆਪਣਾ, ਚਾਹੇ ਅੱਧਾ ਘੰਟਾ 1 ਘੰਟਾ ਕੱਢ ਸਕਦੇ ਆ, ਜਿੰਨੇ ਮਰਜ਼ੀ ਐਕਸਕਿਊਜ਼ ਦੇ ਲਓ ਤੁਸੀਂ ਆਪਣੇ ਆਪ ਨੂੰ, ਬਟ ਕੱਢ ਸਕਦੇ ਆ, ਮੈਨੂੰ ਪਤਾ ਆ ਜੇ ਚਾਹੋ ਤੁਸੀਂ ਤਾਂ ਉੱਤੇ ਫੋਕਸ ਕਰਨਾ ਆ। ਤੇ ਸਭ ਤੋਂ ਪਹਿਲੇ ਤੇ ਜਿਹੜੀ ਟੌਪ ਪ੍ਰਾਇੋਰਟੀ ਆ, ਸੋ ਦਾ ਪਾਵਰ ਗੋਡ ਲਈ ਜਾਂ ਆਪਣੀ ਪੂਜਾ ਪਾਠ ਜਿਹੜੇ ਵੀ ਧਰਮ ਦੇ ਵਿੱਚ ਤੁਸੀਂ ਬਿਲੀਵ ਕਰਦੇ ਹੋ ਉਹਦੇ ਅਕੋਰਡਿੰਗ, ਜੇ ਨਹੀਂ ਧਰਮ ਦੇ ਵਿੱਚ ਬਿਲੀਵ ਕਰਦੇ ਤਾਂ ਵੈਸੇ ਆਪਣੀ ਮੈਡੀਟੇਸ਼ਨ ਕਰੋ ਕੁਛ ਨਾ ਕੁਛ। ਸੋ ਇਹਦੇ ਲਈ ਵੀ ਤੁਹਾਨੂੰ ਟਾਈਮ ਕੱਢਣਾ ਚਾਹੀਦਾ। ਸੋ ਕਈਆਂ ਦਾ ਹੁਣ ਇੱਥੇ ਐਕਸਕਿਊਜ਼ ਆ ਜਾਂਦਾ ਕਿ ਅਸੀਂ ਤੇ ਕੰਮ ਤੇ ਬਹੁਤ ਬਿਜ਼ੀ ਹੁੰਨੇ ਆ, ਸਾਡੇ ਕੋਲ ਕੰਮ ਟਾਈਮ ਨਹੀਂ ਨਿਕਲਦਾ। ਸੋ ਦਾ ਇਹੀ ਆ, ਮੇਰਾ ਤੇ ਆਨਸਰ ਇਹੀ ਹੁੰਦਾ ਕਿ ਤੁਸੀਂ ਆਪਣੇ ਫੋਨ ਦਾ ਸਕਰੀਨ ਟਾਈਮ ਕੱਢ ਕੇ ਦੇਖ ਲਓ, ਸੋਸ਼ਲ ਮੀਡੀਆ ਤੇ ਟਿਕਟੌਕ ਇੰਸਟਾਗ੍ਰਾਮ ਤੇ ਕਿੰਨਾ ਟਾਈਮ ਤੁਸੀਂ ਲਗਾ ਰਹੇ ਆ, ਤੇ ਉਹਦੇ ਵਿੱਚੋਂ ਹੀ ਤੁਸੀਂ ਆਪਣਾ ਜਿਹੜਾ ਟਾਈਮ ਉਧਰ ਜ਼ਿਆਦਾ ਵੇਸਟ ਕਰ ਰਹੇ ਆ, ਕੁਛ ਨਾ ਕੁਛ ਅੱਧਾ ਪੌਣਾ ਘੰਟਾ ਇੱਥੇ ਜੇ ਹੈਲਥ ਵਾਲੀ ਐਕਟੀਵਿਟੀ ਨੂੰ ਨਹੀਂ ਦੇ ਰਹੇ ਉਧਰ ਆਪਣਾ ਥੋੜਾ ਜਿਹਾ ਡੈਡੀਕੇਟ ਕਰੋ, ਤੇ ਜੇ ਗੋਡ ਵਾਲੀ ਐਕਟੀਵਿਟੀ ਨੂੰ ਨਹੀਂ ਦੇ ਰਹੇ ਤਾਂ ਥੋੜਾ ਜਿਹਾ ਉਧਰ ਡੈਡੀਕੇਟ ਕਰੋ। ਸੋ ਇਹਨਾਂ ਤਿੰਨਾਂ ਚੀਜ਼ਾਂ ਦੇ ਤੁਹਾਨੂੰ ਐਵਰੀਡੇ ਫੋਕਸ ਕਰਨਾ ਚਾਹੀਦਾ ਕਿ ਜਿਹੜਾ ਮੇਰਾ ਸਕੇਜੂਲ ਆ ਇਹਦੇ ਵਿੱਚ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿੰਨਾ ਟਾਈਮ ਮੈਂ ਵੈਲਥ ਤੇ ਲਾ ਰਿਹਾ, ਕਿੰਨਾ ਹੈਲਥ ਤੇ ਤੇ ਕਿੰਨਾ ਗੋਡ ਤੇ। ਠੀਕ ਹੈ, ਜ਼ਿਆਦਾ ਟਾਈਮ ਫਿਰ ਵੀ ਤੁਸੀਂ ਐਂਡ ਆਫ ਦਾ ਡੇ ਪਹਿਲੇ ਤੀਜੇ ਨੰਬਰ ਵਾਲੇ ਤੇ ਹੀ ਲਾਉਣਾ ਵਾ, ਬਾਕੀਆਂ ਦੇ ਤੇ ਤੁਹਾਡਾ ਟਾਈਮ ਘੱਟ ਲੱਗਣਾ, ਬਟ ਉਹਦਾ ਜਿਹੜਾ ਫਰੂਟ ਆ ਆਪਾਂ ਕਹਿ ਸਕਦੇ ਹਾਂ ਉਹਦਾ ਜਿਹੜਾ ਫਲ ਆ ਉਹ ਬਹੁਤ ਜ਼ਿਆਦਾ ਹੋਣਾ ਘੱਟ ਟਾਈਮ ਦੇ ਵਿੱਚ ਵੀ। ਸੋ ਇੱਧਰ ਥੋੜ੍ਹਾ ਜਿਹਾ ਆਪਾਂ ਨੂੰ ਪੈਸੇ ਬਣਾਉਣ ਦੇ ਨਾਲ ਦੀ ਨਾਲ ਬਾਕੀ ਦੋ ਚੀਜ਼ਾਂ ਤੇ ਵੀ ਧਿਆਨ ਦੇਣ ਦੀ ਲੋੜ ਆ। ਸੋ ਹੋਪਫੁਲੀ ਤੁਹਾਡੇ ਵਿੱਚੋਂ ਸਾਰਿਆਂ ਤੇ ਮੈਨੂੰ ਪਤਾ ਇੰਪਲੀਮੈਂਟ ਨਹੀਂ ਕਰਨਾ, ਬਟ ਜਿਹੜਾ ਵੀ ਕਰ ਸਕਦਾ ਜ਼ਰੂਰ ਕਰਿਓ ਕਿ ਤੁਹਾਡਾ ਇੱਕ ਸਕੇਜੂਲ ਹੋਣਾ ਚਾਹੀਦਾ ਜਿਹਦੇ ਵਿੱਚ ਇਹ ਤਿੰਨੇ ਚੀਜ਼ਾਂ ਤੁਹਾਡੀਆਂ ਟੌਪ ਪ੍ਰਾਇੋਰਿਟੀ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ। ਸੋ ਹੁਣ ਕਰਦੇ ਹਾਂ ਜੀ, ਲਾਸਟ ਵੀਕ ਮਾਰਕੀਟ ਦੇ ਵਿੱਚ ਕੀ ਗੱਲਬਾਤ ਹੋਇਆ। ਸੋ ਵਾਪਸ ਆ ਜਾਈਏ ਸਟਾਕ ਮਾਰਕੀਟ ਤੇ, ਸੋ ਵੈਲਥ ਵਾਲੇ ਪਾਸੇ ਆ ਜਾਈਏ ਕਿਉਂਕਿ ਇਹ ਵੀ ਜ਼ਰੂਰੀ ਆ। ਸੋ ਬਾਕੀ ਜਿਹੜੀਆਂ ਉਹ ਤੇ ਤੁਸੀਂ ਕਰ ਹੀ ਲੈਣੀਆਂ, ਹੁਣ ਮੈਂ ਹੈਲਥ ਫਿਟਨੈਸ ਵਾਲਾ ਹੈ ਨਹੀਂ ਕਿ ਤੁਹਾਨੂੰ ਦੱਸ ਦਾਂ ਕਿ ਹੈਲਥ ਲਈ ਕੀ ਕਰਨਾ, ਤੇ ਬਾਕੀ ਪਾਠ ਪੂਜਾ ਦਾ ਤਾਂ ਤੁਹਾਨੂੰ ਆਲਰੇਡੀ ਪਤਾ ਹੀ ਆ। ਸੋ ਵੈਲਥ ਵਾਲੇ ਪਾਸੇ ਥੋੜੀ ਜੀ ਗੱਲ ਕਰਦੇ ਆ
कि लास्ट वीक दे विच की आया सी पी आई डाटा आया सी। सो सी पी आई डाटा की सी जिनी एक्सपैक्टेशन सी उस तो घट आया होया। सो जिहदे करके तुहानू लास्ट वीक का जो तुसी लाइव वाच किया तो उहदे विच मैं शेयर किया सी कि जिद्दां जिद्दां इनफ्लेशन थले डिग रही है उदा उदा मार्केट उपर जा रही है। तो अगेन लास्ट वीक दे विच की होया इनफ्लेशन एक्सपैक्टेशन तो घट आई तो स्टॉक मार्केट ने फिर पंप किया। सो दोवें आपस दे विच कोरिलेट कर दियां ने ओपोजिट डायरेक्शन दे विच मूव कर रहे हैं। जिद्दां जिद्दां सी पी आई डाटा डाउन उदा उदा ही स्टॉक मार्केट अप जा रही है। सो इस करके गोइंग फॉरवर्ड भी आपां नूं यही पता कि जे सी पी आई डाटा इनफ्लेशन डाटा घट आई जांदा एक्सपैक्टेशन तो मार्केट इसे हाइप के नाल उपर जा सकती है। सो नैक्सट वीक की गलबात करते हैं कि आ रहा। सो अर्निंग सीजन आ गया जी। सो काफ़ी जड़ियाँ फ्राइडे आप देखिए तो अर्निंग आई बैंकों दियाँ तो वधिया आई एक्सपैक्टेशन तो गुड रही तो हूँ आ जाना जी बाकी सारिया बैंकों कंपनियों की अर्निंग नैक्सट वीक दे विच। ते एयरलाइनस दियाँ कुछ अर्निंग आ डेल्टा एयरलाइन की लास्ट वीकेंड ते आ गई सी थर्सडे तो उन्होंने देखते हुए हूँ यूनाइटेड एयरलाइन की अमेरिकन एयरलाइन की अर्निंग आ मैनू लगता कि पॉजिटिव साइड में ही आपां प्ले करनी चाहिए आ। बट जिहड़ियां दो मोस्ट इंपॉर्टेंट अर्निंग आ जिन्हों ज़्यादा लोग वाच करनगे वो हैगी आ टेस्ला की तो उस तो बाद हैगी आ नैटफ्लैक्स की। सो ये दोवें बुधवार शाम को आनियाँ आफ्टर मार्केट क्लोज। सो तुसीं चूज़ कर सकते हो कि अर्निंग प्ले करनी है। बट अर्निंग प्ले करन दे बारे भी मैं तुहानूं अगे अज एक स्लाइड दे विच थोड़ी जी आइडिया दूंगा कि की तुहाडी सोच होनी चाहिए है जदों किसी अर्निंग नूं प्ले करना है। सो नैटफ्लैक्स की आ टेस्ला दियां जिहड़ियां दो वड्डियां अर्निंग ने। सो एफ डी ए का डिसीजन आना जी जिहड़ा नैक्सट वीकेंड ते बट फ्राइडे नूं लास्ट डे होगा वी आर सी ए स्टॉक का। सो उन्हूं थोड़ा जिहा वाच कर सकते हैं जे तुसीं मैडिकल फील्ड दे विच जिहड़े स्टॉक आ वो प्ले करना लाइक करदे आ। मैं परसनली इन्ने ज़्यादा नहीं प्ले करता बट फिर भी मैं शेयर कर रहा कि कईयां नूं मैडिकल फील्ड दे विच थोड़ा जिहा इंट्रस्ट हुंदा आ ते इह स्टॉक भी काफ़ी वधिया मूव कर जांदे आ जदों एफ डी ए का कोई ना कोई डिसीजन आउंदा आ। सो लास्ट डे फॉर नैसडैक रीबैलेंसिंग। सो ये ऑलरेडी तुसीं सुन ही लिया होना काफ़ी मैं शेयर किया जिहड़े अपने नाल लाइव ट्रेड करते उन्हां दे नाल भी ते टिकटॉक ते वीडियो भी मैं बना के पाई सी उन्हें यूट्यूब दे उपर भी शेयर किया होया। सो होपफुली तुहानू पता लग गया होगा नैसडैक रीबैलेंसिंग की हुंदी आ। मैं फ्राइडे नूं टैलीग्राम दे विच एक आर्टिकल भी शेयर कर दिता सी। सो हुण तक तुहानू सारिआं नूं इस टॉपिक ते नॉलेज होनी चाहिए आ। सो यही बेनीफिट आ कि जे तुसीं अपने नाल एवरीडे कनैक्टड आ ते जो कुछ मार्केट दे विच हो रिहा तुहानूं मैं वह अपडेट करता रहिंदा चाहे वह टिकटॉक ते हो जाए चाहे वह टैलीग्राम ग्रुप दे विच हो जाए या यूट्यूब दे लाइव ते हो जाए कितना कितने या टिकटॉक दे लाइव ते हो जाए। सो मेरी कोशिश यही होंदी आ कि जे तुसीं कम्मां कारां दे विच बिजी आ बट हुण मेरा तो चलो फोकस ही यही एक तरीके नाल काम ही आपां कह सकदे आ हैगा आ। सो इहदे विच सर्च करके जे कुछ भी नवां हो रहा मार्केट दे विच ते उह कढ के तुहाडे नाल शेयर किया जाए तां कि जे तुहाडा टाइम कितें नहीं लगता बट फिर भी तुहानूं पता होवे कि स्टॉक मार्केट च की हो रहा। सो इसलिए अपना जिहड़ा कनैक्ट रहना आ वह बहुत जरूरी हुंदा। सो टैलीग्राम नूं वाच करना वीडियो नूं वाच करना जे ਆਪਾਂ ਸ਼ੇਅਰ ਕਰ ਰਹੇ ਹਾਂ ਟਿਕਟੋਕ 'ਤੇ ਕੋਈ ਨਾ ਕੋਈ ਜਾਂ ਇੰਸਟਾਗ੍ਰਾਮ 'ਤੇ ਕੋਈ ਸਟੋਰੀ ਸ਼ੇਅਰ ਕਰ ਰਹੇ ਹਾਂ ਤਾਂ ਉਹਨੂੰ ਵਾਚ ਕਰਨਾ ਜ਼ਰੂਰੀ ਹੁੰਦਾ ਕਿਉਂਕਿ ਕਈ ਬੰਦੇ ਬਾਅਦ ਦੇ ਵਿੱਚ ਜਿਹੜੀ ਚੀਜ਼ ਮੈਂ ਪਹਿਲਾਂ ਸ਼ੇਅਰ ਕੀਤੀ ਹੁੰਦੀ ਇੱਕ ਦਿਨ ਉਹੀ ਆਣ ਕੇ ਅਗਲੇ ਦਿਨ ਪੁੱਛੀ ਜਾਂਦੇ ਆ। ਕਾਰਨ ਕੀ ਆ ਕਿ ਐਵਰੀਡੇ ਟੱਚ ਨਹੀਂ ਕਰ ਰਹੇ। ਇਹ ਨਹੀਂ ਮੈਂ ਕਹਿ ਰਿਹਾ ਕਿ ਮਾਰਕੀਟ ਨੂੰ ਪੜ੍ਹੋ, ਜੋ ਮੈਂ ਸ਼ੇਅਰ ਕਰ ਰਿਹਾ ਤੁਸੀਂ ਉਹਨੂੰ ਹੀ ਪੜ੍ਹੀ ਜਾਓ, ਆਈ ਥਿੰਕ ਦੈਟ ਇਜ਼ ਗੁੱਡ ਇਨਫ। ਸੋ ਨੈਸਡੈਕ ਦੀ ਰੀਬੈਲੈਂਸਿੰਗ ਹੋਣੀ ਆ ਅਤੇ ਜੇ ਆਪਾਂ ਦੇਖੀਏ ਤਾਂ ਕਿਹੜੇ ਸਟਾਕਾਂ ਨੂੰ ਆਪਾਂ ਵਾਚ ਕਰਨਾ ਅਗੇਨ ਨੈਕਸਟ ਫਰਾਈਡੇ। ਟੈਸਲਾ ਹੋ ਗਿਆ, ਨਵੀਡੀਆ ਹੋ ਗਿਆ, ਇਹ ਦੋ ਕੁ ਸਟਾਕ ਜਿਹੜੇ ਨੇ ਖਾਸ ਕਰਕੇ ਨਵੀਡੀਆ ਜਿਹੜਾ ਮੇਰੀ ਹੌਟ ਲਿਸਟ 'ਤੇ ਕਾਫੀ ਹੈਗਾ ਆ ਕਿ ਫਿਰ ਇਹ ਨੈਕਸਟ ਫਰਾਈਡੇ ਨੂੰ ਸ਼ਾਇਦ ਉਦੋਂ ਤੱਕ ਹੀ ਜਾਂਦਾ ਜਾਂਦਾ ਡਿੱਗੀ ਜਾਵੇ। ਚਾਰਟ ਇਹਦਾ ਥੋੜ੍ਹਾ ਜਿਹਾ ਆਪਾਂ ਦੇਖਾਂਗੇ ਬਟ ਜੇ ਉਦੋਂ ਤੱਕ ਨਹੀਂ ਡਿੱਗਦਾ ਤਾਂ ਥਰਸਡੇ ਫਰਾਈਡੇ ਦੇ ਡਰੋਪ ਹੋਣ ਦੇ ਕਾਫੀ ਜ਼ਿਆਦਾ ਚਾਂਸ ਹੋਣਗੇ। ਸੋ ਇਹਨੂੰ ਧਿਆਨ ਦੇ ਨਾਲ ਤੁਸੀਂ ਦੇਖਣਾ ਨਵੀਡੀਆ ਨੂੰ। ਸੋ ਫਰਾਈਡੇ ਨੂੰ ਮੈਂ ਨਵੀਡੀਆ ਕੀਤਾ ਸੀ ਜੀ ਟਰੇਡ, ਸੋ ਤੁਹਾਨੂੰ ਨਾਲ ਮੈਂ ਸ਼ੇਅਰ ਕੀਤੀ ਸੀ ਟਰੇਡ। ਸੋ ਇਹ ਵਾਲੀਆਂ ਅਰਨਿੰਗ ਨੇ, ਮੰਡੇ ਨੂੰ ਕੁਝ ਖਾਸ ਨਹੀਂ ਫਿਰ ਵੀ ਹੈ ਨੇ। ਟਿਊਜ਼ਡੇ ਨੂੰ ਕਾਫੀ ਅਰਨਿੰਗ ਨੇ, ਬੈਂਕ ਆਫ ਅਮੈਰੀਕਾ, ਚਾਰਲਸ ਵੈਬ, ਮੋਰਗਨ ਸਟੈਨਲੇ, ਪੀ ਐਨ ਸੀ, ਸੋ ਬਹੁਤ ਸਾਰੀਆਂ ਹੈਗੀਆਂ ਨੇ। ਹੁਣ ਜੇ ਆਪਾਂ ਸਾਰਿਆਂ ਦੇ ਥਰੂ ਜਾਣ ਲੱਗ ਗਏ ਤਾਂ ਬਹੁਤ ਟਾਈਮ ਲੱਗ ਜਾਣਾ ਬਟ ਕਾਫੀ ਨੇ। ਸੋ ਵੈਨਸਡੇ ਨੂੰ ਮੋਰਨਿੰਗ ਦੇ ਵਿੱਚ ਜਿਹੜੀ ਗੁੱਡ ਅਰਨਿੰਗ ਹੈਗੀ ਉਹ ਹੈਗੀ ਏ ਐਸ ਐਮ ਐਲ ਦੀ, ਜਿਹੜਾ ਕਿ ਸੈਮੀ ਕੰਡਕਟਰ ਫੀਲਡ ਦੇ ਵਿੱਚ ਆ। ਇਹਨੂੰ ਦੇਖ ਸਕਦੇ ਹੋ ਸਟਾਕ ਦੀ ਗੁੱਡ ਮੂਵ ਹੋਣ ਦੇ ਚਾਂਸ ਹੁੰਦੇ ਆ। ਅਤੇ ਫਿਰ ਬਾਅਦ ਦੇ ਵਿੱਚ ਨੈਟ ਟੈਸਲਾ ਨੈਟਫਲੈਕਸ ਇਹਦੀ ਆਪਾਂ ਆਲਰੇਡੀ ਗੱਲ ਕਰ ਲਈ ਆ। ਯੂਨਾਈਟਡ ਏਅਰਲਾਈਨ ਦੀ ਅਰਨਿੰਗ ਹੈਗੀ ਆ, ਸੋ ਇਹ ਵੀ ਗੁੱਡ ਹੋ ਸਕਦੀ ਆ। ਟੀ ਐਸ ਐਮ ਸੀ ਤਾਈਵਾਨ ਸੈਮੀ ਕੰਡਕਟਰ ਦੀ ਅਰਨਿੰਗ ਆ, ਇਹ ਵੀ ਗੁੱਡ ਮੂਵ ਕਰ ਸਕਦਾ ਕਿਸੇ ਨਾ ਕਿਸੇ ਇੱਕ ਸਾਈਡ ਨੂੰ। ਜੌਨਸਨ ਜੌਨਸਨ ਦੀ ਵੀ ਹੈਗੀ ਬਟ ਕੁਝ ਖਾਸ ਨਹੀਂ, ਦੇਖਦੇ ਹਾਂ ਕੀ ਕਰਦਾ। ਅਤੇ ਐਬਟ ਦੀ ਅਰਨਿੰਗ ਆ, ਇਹ ਵੀ ਵਧੀਆ ਮੂਵ ਕਰ ਜਾਂਦਾ ਜੀ ਸਟਾਕ। ਅਮੈਰੀਕਨ ਐਕਸਪ੍ਰੈਸ ਦੀ ਅਰਨਿੰਗ ਆ ਨੈਕਸਟ ਆਪਾਂ ਜੇ ਦੇਖੀਏ ਫਰਾਈਡੇ ਨੂੰ, ਅਤੇ ਉਹਦੇ ਵੀ ਗੁੱਡ ਮੂਵ ਕਰਨ ਦੇ ਚਾਂਸ ਹੈਗੇ। ਸੋ ਕਾਫੀ ਅਰਨਿੰਗ ਨੇ ਬਟ ਤੁਸੀਂ ਸਾਰੀਆਂ ਨਹੀਂ ਪਲੇ ਕਰਨੀਆਂ। ਸੋ ਹੁਣ ਮੈਂ ਨੈਕਸਟ ਸਲਾਈਡ ਦੇ ਵਿੱਚ ਤੁਹਾਨੂੰ ਦੱਸਦਾ ਕਿ ਆਪਾਂ ਅਰਨਿੰਗ ਪਲੇ ਕਿੱਦਾਂ ਕਰਨੀ ਆ।
ਸੋ ਅਰਨਿੰਗ ਪਲੇ ਦੇ ਵਿੱਚ ਤੁਹਾਡਾ ਕੀ ਹੋਣਾ ਚਾਹੀਦਾ? ਸੋ ਮੋਸਟਲੀ ਬੰਦੇ ਕੀ ਕਰਦੇ ਆ ਕਿ ਜਿਹੜਾ ਸਟਾਕ ਉਹਨਾਂ ਨੇ ਕਈ ਵਾਰੀ ਜ਼ਿਆਦਾ ਸੁਣਿਆ ਹੁੰਦਾ ਜਿਹਦੇ ਬਾਰੇ, ਠੀਕ ਹੈ, ਮੰਨ ਲਓ ਕੋਈ ਬੰਦਾ ਗੱਲ ਕਰ ਰਿਹਾ ਮੇਰੇ ਵਰਗਾ ਜਾਂ ਕਿਤੇ ਵੀ ਉਹਨਾਂ ਜ਼ਿਆਦਾ ਸਟਾਕ ਉਹ ਸੁਣ ਲਿਆ, ਜਾਂ ਐਪਲ ਆ, ਟੈਸਲਾ ਆ, ਜਾਂ ਮਾਈਕਰੋਸੋਫਟ ਆ, ਜਿਨ੍ਹਾਂ ਬਾਰੇ ਜ਼ਿਆਦਾ ਸੁਣਿਆ ਹੁੰਦਾ ਉਹਨਾਂ ਦੀਆਂ ਅਰਨਿੰਗਾਂ ਪਲੇ ਕਰਨ ਲੱਗ ਜਾਂਦਾ ਕਿ ਸਾਰਿਆਂ ਦੀ ਅਰਨਿੰਗਸ ਪਲੇ ਕਰੋ, ਬਟ ਦੈਟ ਇਜ਼ ਨੋਟ ਦਾ ਰਾਈਟ ਵੇ। ਸੋ ਅਰਨਿੰਗ ਪਲੇ ਕਰਨ ਦਾ ਸਭ ਤੋਂ ਪਹਿਲਾਂ ਤਰੀਕਾ ਕੀ ਹੋਣਾ ਚਾਹੀਦਾ? ਮੇਨ ਕੁਐਸਚਨ ਤੁਸੀਂ ਆਪਣੇ ਆਪ ਨੂੰ ਇਹ ਪੁੱਛਣਾ ਕਿ ਕੀ ਤੁਹਾਨੂੰ ਪਤਾ ਕਿ ਅਰਨਿੰਗ ਕਿੱਧਰ ਨੂੰ ਜਾਣੀ ਆ? ਜੇ ਤਾਂ ਤੁਹਾਨੂੰ 100% ਪਤਾ ਆ, ਫਿਰ ਤਾਂ ਤੁਸੀਂ ਜਿਹੜੀ ਜਿਹੜੀ ਪਤਾ ਉਹ ਪਲੇ ਕਰ ਲਓ। ਬਟ ਜੇ ਤੁਹਾਨੂੰ ਨਹੀਂ ਪਤਾ, ਸੋ ਮੈਂ ਇਹੀ ਮੰਨ ਕੇ ਚੱਲਦਾ ਕਿ ਆਪਾਂ ਨੂੰ ਮੋਸਟਲੀ ਨਹੀਂ ਪਤਾ ਹੁੰਦਾ ਕਿ ਅਰਨਿੰਗ ਨੇ ਕਿਹੜੀ ਡਾਇਰੈਕਸ਼ਨ ਦੇ ਵਿੱਚ ਜਾਣਾ ਵਾ, ਉੱਪਰ ਵੀ ਜਾ ਸਕਦਾ ਸਟਾਕ, ਥੱਲੇ ਵੀ ਡਿੱਗ ਸਕਦਾ, ਕਿਉਂਕਿ ਕੋਈ ਨਾ ਕੋਈ ਇੱਕ ਪੁਆਇੰਟ ਜਾਂ ਅਰਨਿੰਗ ਤੋਂ ਬਾਅਦ ਜਿਹੜੀ ਕਾਲ ਉਹਨਾਂ ਕਰਨੀ ਆ, ਪ੍ਰੈਸ ਕਾਨਫਰੰਸ ਹੈ, ਉਹਦੇ ਵਿੱਚ ਫਿਊਚਰ ਦੀ ਗਾਈਡੈਂਸ ਜਾਂ ਕੁਛ ਵੀ ਉਹਨਾਂ ਨੇ ਥੋੜ੍ਹਾ ਬਹੁਤਾ ਇੱਧਰ ਉੱਧਰ ਕਰਤਾ, ਅਤੇ ਜਿਹੜੀ ਸਟਾਕ ਦੀ ਸਾਰੀ ਡਾਇਰੈਕਸ਼ਨ ਆ ਉਹ ਚੇਂਜ ਹੋ ਜਾਣੀ ਆ। ਸੋ ਇਸ ਕਰਕੇ ਮੈਂ ਸ਼ੁਰੂ ਤੋਂ ਇਹੀ ਮੰਨ ਕੇ ਚੱਲਦਾ ਕਿ ਚਾਹੇ ਪਤਾ ਹੋਵੇ ਵੀ ਥੋੜ੍ਹਾ ਜਿਹਾ ਆਈਡੀਆ, ਫਿਰ ਵੀ ਇਹੀ ਕੰਸਿਡਰ ਕਰੀਦਾ ਕਿ ਨਹੀਂ ਪਤਾ, ਠੀਕ ਹੈ। ਸੋ ਜਦੋਂ ਵੀ ਅਰਨਿੰਗ ਪਲੇ ਕਰਨੀ ਆ, ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ? ਸਭ ਤੋਂ ਪਹਿਲਾਂ ਪੁਆਇੰਟ ਇਹ ਹੋਣਾ ਚਾਹੀਦਾ, ਬਜਟ ਕਰਨਾ ਤੁਸੀਂ, ਠੀਕ ਹੈ। ਅਰਨਿੰਗ ਸੀਜ਼ਨ ਆਉਣ ਤੋਂ ਪਹਿਲਾਂ ਤੁਹਾਡਾ ਬਜਟ ਹੋਣਾ ਚਾਹੀਦਾ, ਜਿੱਦਾਂ ਹੁਣ ਆਪਾਂ ਕੋਈ ਬੰਦਾ ਬਜਟ ਕਰਦਾ, ਕਿਉਂ ਕਰਦਾ, ਕਿ ਕਿੰਨਾ ਪ੍ਰੋਫਿਟ ਜਾਂ ਕਿੰਨਾ ਘਾਟਾ ਹੋਊਗਾ। ਸੋ ਇਹਦੇ ਵਿੱਚ ਆਪਾਂ ਨੂੰ ਪ੍ਰੋਫਿਟ ਦਾ ਤਾਂ ਅਜੇ ਪਤਾ ਨਹੀਂ, ਬਟ ਘਾਟੇ ਦਾ ਪਤਾ ਕਿ ਜਿਹੜੇ ਪੈਸੇ ਲਾਏ ਆ ਜੇ ਤੁਸੀਂ ਆਪਸ਼ਨਾਂ ਦੇ ਵਿੱਚ ਅਰਨਿੰਗ ਪਲੇ ਕਰ ਰਹੇ ਆ, ਅਤੇ ਉਹ ਸਾਰੇ ਜ਼ੀਰੋ ਹੋ ਸਕਦੇ ਆ। ਸੋ ਇਸ ਲਈ ਅਰਨਿੰਗ ਸੀਜ਼ਨ ਤੋਂ ਪਹਿਲਾਂ ਮੰਨ ਲਓ ਕਿ ਹੁਣ ਇਸ ਅਰਨਿੰਗ ਸੀਜ਼ਨ ਦੇ ਵਿੱਚ ਮੇਰੀ ਐਕਸਪੈਕਟੇਸ਼ਨ ਆ ਕਿ ਮੈਂ ਅਰਨਿੰਗਾਂ ਪਲੇ ਕਰਨੀਆਂ, ਅਤੇ ਮੈਂ $2,000 ਸਾਈਡ 'ਤੇ ਕੱਢ ਲਿਆ, ਕਿ ਇਹ $2,000 ਮੈਂ ਅਰਨਿੰਗ ਵੱਖ ਵੱਖ ਦੇ ਵਿੱਚ ਲਾਉਣਾ, ਠੀਕ ਹੈ, ਜਾਂ $5,000 ਕੱਢ ਲਿਆ, ਡਿਪੈਂਡਿੰਗ ਅਪੋਨ ਕਿ ਤੁਹਾਡਾ ਅਕਾਊਂਟ ਕਿੰਨੇ ਦਾ, ਕਿਸੇ ਨੇ $500 ਕੱਢ ਲਿਆ, ਕਿਸੇ ਨੇ $1,000 ਕੱਢ ਲਿਆ, ਕਿਸੇ ਨੇ 200 ਕੱਢ ਲਿਆ, ਕਿ ਇਹ ਮੇਰੀ ਅਰਨਿੰਗ ਦੀ ਇਨਵੈਸਟਮੈਂਟ ਆ ਜਿਹਦੇ ਨਾਲ ਮੈਂ ਇੱਕ ਤਰੀਕੇ ਨਾਲ ਆਪਾਂ ਗੈਂਬਲ ਕਹਿ ਸਕਦੇ ਹਾਂ ਕਰਨੀ। ਸੋ ਕਿ ਇਹ ਮੈਂ ਅਰਨਿੰਗ ਦੇ ਵਿੱਚ ਪਲੇ ਕਰਨੀ ਆ, ਠੀਕ ਹੈ। ਸੋ ਇਹ ਤੁਹਾਡਾ ਲੋਸ ਤੁਸੀਂ ਕੱਢ ਲੈਣਾ ਪਹਿਲਾਂ ਕਿ ਕਿੰਨੀ ਟੋਟਲ ਅਮਾਊਂਟ ਆ ਜਿਹਦੇ ਨਾਲ ਮੈਂ ਅਰਨਿੰਗ ਪਲੇ ਕਰਨੀ ਆ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਇਹ ਨਹੀਂ ਕਿ ਜਿਹੜੀ ਕਿਸੇ ਨੇ ਪਾਈ ਬਸ ਉਹੀ ਚੱਕ ਲਈ, ਉਹ 'ਚ 200 ਪਾਤਾ, 500 ਪਾਤਾ, ਤੁਹਾਨੂੰ ਪਤਾ ਹੀ ਨਹੀਂ, ਅਤੇ ਐਂਡ 'ਤੇ ਤੁਹਾਡਾ ਅਕਾਊਂਟ ਹੀ ਬਹੁਤ ਘੱਟ ਰਹਿ ਗਿਆ, ਤੁਸੀਂ ਕਾਫੀ ਜ਼ਿਆਦਾ ਅਰਨਿੰਗਾਂ ਪਲੇ ਕਰਕੇ, ਇੱਦਾਂ ਨਹੀਂ ਕਰਨਾ। ਸੋ ਇਹ ਬਹੁਤ ਸਾਰੇ ਗਲਤੀ ਇਹ ਕਰਦੇ ਨੇ, ਬਟ ਤਾਂ ਹੀ ਕਰਕੇ ਮੈਂ ਥੋੜ੍ਹਾ ਜਿਹਾ ਅਰਨਿੰਗ ਸੀਜ਼ਨ ਆਉਣ ਤੋਂ ਪਹਿਲਾਂ ਜਾਂ ਅਰਨਿੰਗ ਪਲੇ ਕਰਨ ਤੋਂ ਪਹਿਲਾਂ ਇੱਥੇ ਤੁਹਾਨੂੰ ਵਾਰ ਵਾਰ ਦੱਸ ਰਿਹਾ ਕਿ ਤੁਸੀਂ ਪਹਿਲਾਂ ਬਜਟ ਕੱਢਣਾ। ਸੋ ਅੱਜ ਸ਼ਾਮ ਨੂੰ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਮੈਂ ਟੋਟਲ ਅਰਨਿੰਗਾਂ ਜਿੰਨੀਆਂ ਵੀ ਆਉਣੀਆਂ ਵਾ, ਠੀਕ ਹੈ, ਇਹਦੇ ਵਿੱਚ ਮੈਂ ਮੈਕਸੀਮਮ ਕਿੰਨੇ ਡਾਲਰ ਨਾਲ ਪਲੇ ਕਰਨਾ, ਠੀਕ ਹੈ, $2,000 ਕਰਨਾ, $5,000 ਕਰਨਾ, $10,000 ਕਰਨਾ, $1,000 ਕਰਨਾ ਜਾਂ ਨਹੀਂ ਕਰਨਾ, ਤੁਹਾਨੂੰ ਪਤਾ ਹੋਣਾ ਚਾਹੀਦਾ। ਉਸ ਤੋਂ ਬਾਅਦ ਫਿਰ ਹਰ ਕੋਈ ਸਟਾਕ ਪਲੇ ਨਹੀਂ ਕਰਨਾ, ਤੁਸੀਂ ਸਿਰਫ ਉਹੀ ਸਟਾਕ ਪਲੇ ਕਰਨੇ ਜਿਹੜੇ ਬਿੱਗ ਮੂਵਰਸ ਨੇ ਆਪਸ਼ਨਾਂ ਦੇ ਵਿੱਚ, ਕਿਉਂਕਿ ਆਪਸ਼ਨ 'ਚ ਕੀ ਹੁੰਦਾ ਆ ਕਿ ਜਿਹੜੇ ਸਟਾਕ ਦੀ ਅਰਨਿੰਗ ਆਉਣੀ ਉਹ ਤੋਂ ਇੱਕ ਦਿਨ ਪਹਿਲਾਂ ਜੇ ਤੁਹਾਨੂੰ ਪਤਾ ਹੋਵੇ ਤਾਂ ਉਹਦੀ ਇੰਪਲਾਈਡ ਵੋਲੇਟਿਲਿਟੀ ਵਧਾ ਦਿੱਤੀ ਜਾਂਦੀ ਜਾਂ ਵੱਧ ਜਾਂਦੀ ਆ ਆਪਾਂ ਕਹਿ ਦਈਏ, ਜਿਹਦੇ ਕਰਕੇ ਆਪਸ਼ਨ ਜਿਹੜੀ ਆਮ 500 ਦੀ ਆ ਉਹ ਅਰਨਿੰਗ ਆਉਣ ਤੋਂ ਇੱਕ ਦਿਨ ਪਹਿਲਾਂ ਉਹਦੀ 700-800 ਦੀ ਹੋ ਜਾਂਦੀ ਆ, ਵੈਸੇ ਹੀ ਵੱਧ ਜਾਂਦੀ ਬਹੁਤ। ਸੋ ਇਸ ਕਰਕੇ ਅਗਲੇ ਦਿਨ ਜੇ ਅਰਨਿੰਗ ਨਾ ਵਧੀਆ ਆਈ ਤਾਂ ਤੁਹਾਨੂੰ ਵੈਸੇ ਹੀ ਘਾਟਾ ਪੈਣਾ ਸੀ, ਬਟ ਇੰਪਲਾਈਡ ਵੋਲੇਟਿਲਿਟੀ ਘਟਣ ਕਰਕੇ ਤੁਹਾਡਾ ਸਾਰਾ ਕੁਛ ਜ਼ੀਰੋ ਹੋ ਜਾਣਾ। ਆਪਸ਼ਨਾਂ ਦੀ ਆਪਾਂ ਗੱਲ ਕਰ ਰਹੇ ਹਾਂ, ਸਟਾਕਾਂ ਦੀ ਨਹੀਂ, ਜੇ ਆਪਸ਼ਨਾਂ 'ਚ ਪਲੇ ਕਰ ਰਹੇ ਹਾਂ। ਅਤੇ ਇਸ ਕਰਕੇ ਅਰਨਿੰਗ ਉੱਥੇ ਹੀ ਪਲੇ ਕਰਨੀ ਆ ਜਿੱਥੇ ਤੁਹਾਨੂੰ ਪਤਾ ਕਿ ਇਹਨੇ ਬਿੱਗ ਮੂਵ ਕਰਨੀ ਆ ਕਿਸੇ ਨਾ ਕਿਸੇ ਇੱਕ ਡਾਇਰੈਕਸ਼ਨ ਨੂੰ, ਠੀਕ ਹੈ। ਮੇਰਾ ਮੋਸਟਲੀ ਆਈਡੀਆ ਇਹ ਹੁੰਦਾ ਕਿ ਜਿੱਧਰ ਮੈਨੂੰ ਚਾਂਸ ਹੋਵੇ ਕਿ ਫੋਰ ਐਗਜ਼ਾਮਪਲ ਮੰਨ ਲਓ ਕਿ ਨਵੀਡੀਆ ਦੀ ਅਰਨਿੰਗ ਮੈਂ ਪਲੇ ਕਰਨੀ ਚਾਹੁੰਦਾ, ਅਤੇ ਮੈਨੂੰ ਲੱਗਦਾ ਕਿ ਇਹਨੇ ਥੱਲੇ ਜ਼ਿਆਦਾ ਡਿੱਗਣਾ ਆ, ਉੱਪਰ ਜਾਣ ਦੇ ਘੱਟ ਚਾਂਸ ਆ, ਠੀਕ ਹੈ, ਮੈਂ ਥੋੜ੍ਹਾ ਜਿਹਾ ਇੱਧਰ ਨੂੰ ਬਾਇਆਸ ਹੋ ਰਿਹਾ, ਮੇਰੀ ਥਿੰਕਿੰਗ ਇਹ ਕਹਿੰਦੀ ਆ ਕਿ ਨਵੀਡੀਆ ਦੀ ਜਿਹੜੀ ਅਰਨਿੰਗ ਆ 70% ਚਾਂਸ ਨੇ ਕਿ ਮਾੜੀ ਆਊਗੀ, 30% ਚਾਂਸ ਆ ਕਿ ਵਧੀਆ ਆਊਗੀ। ਸੋ ਮੈਂ ਕੀ ਕਰਦਾ ਹੁੰਦਾ ਕਿ ਦੋਵੇਂ ਪਾਸੇ ਹੀ ਆਪਾਂ ਪਲੇ ਕਰ ਲੈਣੀ ਆ, ਠੀਕ ਹੈ, ਡਾਊਨ ਵਾਲੀ ਸਾਈਡ ਨੂੰ ਜਿੱਧਰ ਜ਼ਿਆਦਾ ਤੁਹਾਨੂੰ ਚਾਂਸ ਲੱਗਦੇ ਉੱਧਰ ਥੋੜ੍ਹਾ ਜ਼ਿਆਦਾ ਪੈਸਾ ਲਾ ਦੇਣਾ ਆ, ਜਿੱਧਰ ਘੱਟ ਆ ਉੱਧਰ ਥੋੜ੍ਹਾ ਜਿਹਾ ਘੱਟ ਲਾ ਦੇਣਾ, ਆਪਸ਼ਨਾਂ ਦੇ ਵਿੱਚ ਆਪਾਂ ਇੱਦਾਂ ਕਰ ਲਈਦਾ। ਬਟ ਓਵਰਆਲ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਸਾਰੀਆਂ ਅਰਨਿੰਗ ਦੇ ਵਿੱਚ ਕਿੱਦਾਂ ਪਲੇ ਕਰਨਾ, ਇੱਦਾਂ ਅੰਨੇਵਾਹ ਇਹ ਨਹੀਂ ਕਿ ਜਿਹੜੀ ਸੁਣ ਲਈ ਅਤੇ ਉਹੀ ਪਲੇ ਕਰ ਦਿੱਤੀ, ਉਹਦਾ ਕੋਈ ਬੈਨੀਫਿਟ ਨਹੀਂ ਹੈਗਾ, ਤੁਸੀਂ ਬਹੁਤ ਜ਼ਿਆਦਾ ਪੈਸਾ ਗਵਾਲੋਗੇ। ਸੋ ਹੋਪਫੁਲੀ ਤੁਹਾਨੂੰ ਇਹ ਗੱਲਬਾਤ ਕਲੀਅਰ ਹੋਊਗੀ ਕਿ ਅਰਨਿੰਗ ਸੀਜ਼ਨ ਦੇ ਵਿੱਚ ਆਪਾਂ ਪਲੇ ਕਿੱਦਾਂ ਕਰਨੀ ਆ ਜੇ ਆਪਸ਼ਨਾਂ ਦੇ ਵਿੱਚ ਕਰਨੀ ਆ। ਸੋ ਉਸ ਤੋਂ ਬਾਅਦ ਜੇ ਕਿਸੇ ਨੇ ਆਪਣੇ ਨਾਲ ਲਾਈਵ ਟ੍ਰੇਡ ਕਰਨਾ ਤਾਂ stocktalkforyou.com ਵੈਬਸਾਈਟ ਆ, ਉੱਥੇ ਜਾ ਕੇ ਸਬਸਕ੍ਰਾਈਬ ਕਰ ਸਕਦਾ, ਜਿੱਥੇ ਆਪਾਂ ਐਵਰੀਡੇ ਲਾਈਵ ਟ੍ਰੇਡ ਕਰਦੇ ਹਾਂ, ਅਤੇ ਤੁਸੀਂ ਨਾਲ ਦੀ ਨਾਲ ਜਿਹੜੇ ਆਪਣੇ ਸਿਗਨਲ ਆ, ਅਲਰਟ ਆ, ਉਹ ਕਾਪੀ ਕਰ ਸਕਦੇ ਆ। ਸੁਣ ਆ ਜਾਂਦੇ ਹਾਂ ਜੀ ਆਪਾਂ ਚਾਰਟਸ ਦੇ ਉੱਪਰ। ਸੋ ਕਿਹੜੇ ਕਿਹੜੇ ਚਾਰਟ ਆ, ਕਿਹੜੇ ਕਿਹੜੇ ਦੇਖਣੇ ਆ, ਉਹਨਾਂ ਦੀ ਗੱਲਬਾਤ ਕਰਦੇ ਹਾਂ ਥੋੜ੍ਹੇ ਜਿਹੇ, ਤਾਂ ਆਪਾਂ ਮੇਨ ਮੇਨ ਟੱਚ ਕਰਨੇ ਹੀ ਆ। ਬਾਕੀ ਜੇ ਕੋਈ ਤੁਹਾਡਾ ਕੁਐਸਚਨ ਹੋਏਗਾ ਤਾਂ ਦਵਿੰਦਰ ਨਾਲ ਭਾਅ ਜੀ ਕਹਿੰਦੇ ਆ ਕਿ UFPT ਸਟਾਕ ਸਵਿੰਗ ਟ੍ਰੇਡਿੰਗ ਲਈ। ਗੁੱਡ ਈਵਨਿੰਗ ਭਾਅ ਜੀ, ਗੁੱਡ ਈਵਨਿੰਗ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਜਿਨ੍ਹਾਂ ਜਿਨ੍ਹਾਂ ਦਾ ਮੈਂ ਨਹੀਂ ਜਵਾਬ ਦੇ ਸਕਿਆ। ਸੋ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਹਾਂ ਕਿ ਐਮਾਜ਼ੋਨ,
ਤਾਂ ਕਾਫੀ ਟਾਈਮ ਇਸ ਇੱਕ ਚੈਨਲ ਦੇ ਵਿੱਚ ਚੱਲਦਾ ਰਿਹਾ ਜਿਹੜਾ ਕਿ ਹੈਗਾ ਸੀ 131.50 ਵਾਲਾ ਆਪਾਂ ਕਹਿ ਸਕਦੇ ਹਾਂ, ਅਤੇ ਬੋਟਮ ਹੈਗੀ ਸੀ ਅਰਾਊਂਡ $127 ਦੀ। ਹੁਣ ਉਹਨੂੰ ਬ੍ਰੇਕ ਕਰ ਗਿਆ ਅਤੇ 131.50 ਨੂੰ ਇੱਕ ਵਾਰੀ ਰੀਟੈਸਟ ਵੀ ਕਰ ਗਿਆ। ਬਟ ਜੇ ਤੁਸੀਂ ਕੈਂਡਲ ਦੇਖੋ ਆਹ ਵਾਲੀ ਐਮਾਜ਼ੋਨ ਦੀ, ਤਾਂ ਥੋੜ੍ਹੀ ਜਿਹੀ ਵਧੀਆ ਨਹੀਂ ਬਣੀ ਲੱਗਦੀ। ਪੋਜ਼ਿਟਿਵ ਨਿਊਜ਼ ਐਮਾਜ਼ੋਨ ਦੀ ਜ਼ਰੂਰ ਹੈਗੀ ਆ, ਕਿਉਂਕਿ ਐਮਾਜ਼ੋਨ ਦਾ ਲਾਸਟ ਵੀਕ ਦੇ ਵਿੱਚ ਪ੍ਰਾਈਮ ਡੇ ਸੀ, ਜਿਹਦੇ ਵਿੱਚ ਕਹਿੰਦੇ ਆ ਕਿ ਸੇਲ ਜਿਹੜੀ ਆ ਉਹ ਐਕਸਪੈਕਟੇਸ਼ਨ ਤੋਂ ਜ਼ਿਆਦਾ ਹੋਈ ਆ, ਕਾਫੀ ਵਧੀਆ ਹੋਈ ਆ। ਬਟ ਫਿਰ ਵੀ ਜੇ ਆਪਾਂ ਦੇਖੀਏ ਤਾਂ ਇਹ ਕੈਂਡਲ ਆਪਾਂ ਨੂੰ ਕੀ ਦੱਸਦੀ ਆ ਕਿ ਨੈਕਸਟ ਵੀਕ ਦੇ ਵਿੱਚ ਜੇ ਕੱਲ੍ਹ ਨੂੰ ਆ ਥੋੜ੍ਹਾ ਜਿਹਾ ਕਰੀ ਥੱਲੇ ਆਣ ਕੇ ਤਾਂ ਸ਼ਾਇਦ ਤੁਹਾਨੂੰ $132 ਨੂੰ ਰੀਟੈਸਟ ਦੇਵੇ। ਸੋ ਤੁਸੀਂ 131.50 $132 ਦਾ ਰੀਟੈਸਟ ਦੀ ਵੇਟ ਕਰ ਰਹੀ ਆ ਗੱਲ, ਕਿ ਜੇ ਐਮਾਜ਼ੋਨ ਤੁਹਾਨੂੰ ਦਿੰਦਾ ਆ ਤਾਂ ਉਹ ਤੋਂ ਆਪਾਂ ਇੱਥੋਂ ਉੱਪਰ ਨੂੰ ਲੌਂਗ ਸਾਈਡ ਨੂੰ ਪਲੇ ਕਰਨ ਦੇ ਬਾਰੇ ਸੋਚ ਸਕਦੇ ਹਾਂ, ਐਜ਼ ਲੌਂਗ ਐਜ਼ ਉੱਥੋਂ ਟੱਚ ਕਰਕੇ ਅਤੇ ਬਾਊਂਸ ਕਰਦਾ। ਸੋ ਚਾਂਸ ਹੈਗੇ ਨੇ। ਜੇ ਸਟੋਕ ਦਾ ਫਿਊਚਰ ਵੀ ਦੇਖੀਏ ਤਾਂ ਥੋੜ੍ਹਾ ਜਿਹਾ ਨੈਗੇਟਿਵ ਦੇ ਵਿੱਚ ਆ, ਜ਼ਿਆਦਾ ਨਹੀਂ, ਥੋੜ੍ਹਾ ਜਿਹਾ ਨੈਗੇਟਿਵ ਦੇ ਵਿੱਚ ਆ, ਅਤੇ ਇਹਦੇ ਕਰਕੇ ਮੈਨੂੰ ਲੱਗਦਾ ਕਿ ਕੱਲ੍ਹ ਇੱਕ ਵਾਰੀ ਸ਼ਾਇਦ ਮੋਰਨਿੰਗ ਦੇ ਵਿੱਚ ਤੁਹਾਨੂੰ ਚਾਂਸ ਮਿਲੇ ਐਮਾਜ਼ੋਨ ਦੇ ਵਿੱਚ ਕਿ ਇਹ ਡਿੱਗੇ ਅਤੇ $132 ਜਾਂ $131 ਨੂੰ ਟੱਚ ਕਰਕੇ ਅਤੇ ਬਾਊਂਸ ਬੈਕ ਕਰੇ, ਜਿੱਥੋਂ ਤੁਸੀਂ ਐਂਟਰ ਹੋਣ ਬਾਰੇ ਦੇਖ ਸਕਦੇ ਹਾਂ। ਉਸ ਤੋਂ ਬਾਅਦ ਜੇ ਗੱਲ ਆਪਾਂ ਕਰਦੇ ਹਾਂ ਨੈੱਟਫਲੈਕਸ ਦੀ, ਜਿਹਦੀ ਕਿ ਅਰਨਿੰਗ ਆਉਣੀ ਹੈ ਨੈਕਸਟ ਵੀਕ ਦੇ ਵਿੱਚ, ਅਤੇ ਇਹ ਵੀ 460-465 ਵਾਲਾ ਏਰੀਆ ਹੈਗਾ ਜਿਹਨੂੰ ਟੱਚ ਕਰਕੇ, ਅਤੇ ਇਹਦੀ ਵੀ ਕੈਂਡਲ ਥੋੜ੍ਹੀ ਜਿਹੀ ਵਧੀਆ ਨਹੀਂ ਬਣੀ। ਬਟ ਇਹ ਆ ਕਿ ਅਰਨਿੰਗ ਆਉਣੀ ਆ, ਹੁਣ ਅਰਨਿੰਗ ਦੇ ਕੁਛ ਵੀ ਹੋ ਸਕਦਾ। ਮੈਨੂੰ ਲੱਗਦਾ ਕਿ ਜਿਹੜਾ ਨੈੱਟਫਲੈਕਸ ਆ, ਜਿੰਨਾ ਕੁ ਵੀ ਮੈਂ ਪਾਸਟ ਦੇ ਵਿੱਚ ਜਾ ਕੇ ਦੇਖਿਆ, ਇਹ ਘੱਟੋ ਘੱਟ $25-$30 ਦੀ ਮੂਵ ਕਰ ਜਾਂਦਾ। ਹੁਣ ਇਸ ਵਾਰ ਵੀ ਇਹਦੇ ਇੰਨੇ ਕੁ ਮੂਵ ਕਰਨ ਦੇ ਚਾਂਸ ਹੈਗੇ ਨੇ। ਸੋ ਸਿੰਪਲ ਆ ਕੰਮ ਕਿ ਜੇ ਤੁਸੀਂ ਪੁੱਟ ਲੈਣੀ ਆ ਤਾਂ $25-$30 ਥੱਲੇ ਦੀ ਲੈ ਲਓ, ਅਤੇ ਜੇ ਕਾਲ ਲੈਣੀ ਆ ਤਾਂ $25-$30 ਉੱਪਰ ਦੀ ਲੈ ਲਓ, ਜਿਹੜੀ ਕਿ ਇੱਕ ਕੋਸਟ ਇਫੈਕਟਿਵ ਵੀ ਹੋਈ ਹੋਊਗੀ, ਅਤੇ ਥੋੜ੍ਹਾ ਜਿਹਾ ਜੇ ਮੂਵ ਉੱਧਰ ਨੂੰ ਕਰ ਗਿਆ ਵਧੀਆ ਤਾਂ ਤੁਹਾਡਾ ਬੈਨੀਫਿਟ ਵੀ ਕਾਫੀ ਹੋ ਸਕਦਾ। ਸੋ ਇਸ ਤਰੀਕੇ ਨਾਲ ਆਪਾਂ ਨੈੱਟਫਲੈਕਸ ਨੂੰ $25-$30 ਦਾ ਮੈਂ ਆਈਡੀਆ ਜਿਹਾ ਲਾ ਕੇ ਰੱਖ ਚੱਲ ਰਹੇ ਹਾਂ ਕਿ ਇੰਨੀ ਕੁ ਇਹਦੀ ਮੂਵ ਜਿਹੜੀ ਆ ਉਹ ਈਜ਼ਲੀ ਹੋ ਸਕਦੀ ਆ। ਹਾਂ, ਵੱਧ ਹੋ ਜੇ ਉਹ ਆਪਾਂ ਕਹਿ ਸਕਦੇ ਹਾਂ ਕਿ ਬੋਨਸ ਹੀ ਆ। ਉਸ ਤੋਂ ਬਾਅਦ ਗੱਲ ਕਰੀਏ ਆਪਾਂ ਟੈਸਲਾ ਦੀ। ਸੋ ਟੈਸਲਾ ਦਾ ਜੇ ਲਾਸਟ ਵੀਕ ਤੁਸੀਂ ਸ਼ਾਇਦ ਜਿਹੜੇ ਮੇਰੇ ਨਾਲ ਲਾਈਵ 'ਤੇ ਸੀ ਉਹਨਾਂ ਨੂੰ ਹੀ ਮੈਂਸ਼ਨ ਕੀਤਾ ਸੀ, ਬਾਕੀ ਸਾਰਿਆਂ ਨੂੰ ਨਹੀਂ। ਲਾਸਟ ਵੀਕ ਵੈਨਸਡੇ ਨੂੰ ਮੈਂ ਕਿਹਾ ਸੀ ਕਿ ਜੇ ਕਿਸੇ ਨੇ ਅਰਨਿੰਗ ਪਲੇ ਕਰਨੀ ਤਾਂ ਅੱਜ ਟਾਈਮ ਹੈਗਾ ਆ ਟੈਸਲਾ ਨੂੰ ਬਾਏ ਕਰ ਲਓ। ਸੋ ਜੇ ਆਪਾਂ ਦੇਖੀਏ ਫਰਾਈਡੇ, ਥਰਸਡੇ ਅਤੇ ਵੈਨਸਡੇ, ਅਤੇ ਉੱਥੋਂ ਬਾਅਦ ਦੋ ਦਿਨ ਕਾਫੀ ਵਧੀਆ ਗਿਆ, 270 ਤੋਂ ਆਲਮੋਸਟ 285 ਤੱਕ ਚੱਲ ਗਿਆ। ਸੋ ਜਿਨ੍ਹਾਂ ਨੇ ਕੀਤੀ ਆ ਵੈਨਸਡੇ ਨੂੰ, ਉਹਨਾਂ ਨੇ ਹੋ ਸਕਦਾ ਇੱਥੇ ਹੀ ਬਾਏ ਕਰਕੇ ਅਤੇ ਪ੍ਰੋਫਿਟ ਕੱਢ ਲਿਆ ਹੋਵੇ ਲਾਸਟ ਵੀਕਐਂਡ ਦੇ ਵਿੱਚ। ਜੇ ਨਹੀਂ ਕੱਢਿਆ ਤਾਂ ਹੁਣ ਤੁਸੀਂ ਆਪ ਹੀ ਦੇਖ ਸਕਦੇ ਹੋ ਕਿ ਟੈਸਲਾ ਜਿਹੜਾ ਆ ਥੋੜ੍ਹਾ ਜਿਹਾ ਟ੍ਰਿਕੀ ਏਰੀਏ 'ਤੇ ਆਇਆ ਹੋਇਆ, ਜਿੱਥੋਂ ਪਹਿਲਾਂ ਇੱਕ ਵਾਰੀ ਡਿੱਗਿਆ ਸੀ 284-85 ਵਾਲੇ ਏਰੀਏ ਤੋਂ, ਫਿਰ ਉੱਥੋਂ 284-85 ਜਾਂ 285 ਵਾਲੇ ਏਰੀਏ ਨੂੰ ਇੱਕ ਵਾਰੀ ਟੱਚ ਕਰਕੇ ਥੋੜ੍ਹਾ ਜਿਹਾ ਵੀਕ ਹੋਇਆ। ਹੁਣ ਇਹਦਾ ਇਹ ਮੀਨਿੰਗ ਨਹੀਂ ਆ ਕਿ ਇਹਨੇ ਉੱਪਰ ਨਹੀਂ ਜਾਣਾ, ਉੱਪਰ ਜਾਣ ਦੇ ਚਾਂਸ ਪੂਰੇ ਨੇ, ਬਟ ਦਿਸ ਇਜ਼ ਲਿਟਲ ਬਿਟ ਸਕੇਰੀ ਇਨ ਟੈਸਲਾ ਕਿ ਇਹ ਪਿਛਲੇ ਕਾਫੀ ਦਿਨਾਂ ਤੋਂ ਬਹੁਤ ਵਧੀਆ ਮੂਵ ਕਰ ਰਿਹਾ। ਹੁਣ ਜੇ ਇਹਦੀ ਅਰਨਿੰਗ ਪੋਜ਼ਿਟਿਵ ਆਉਂਦੀ ਆ ਤਾਂ ਇਹ ਨਾ ਹੋਵੇ ਕਿ ਸੈੱਲ ਦਾ ਨਿਊਜ਼ ਹੋ ਜੇ, ਕਿਉਂਕਿ ਬਾਹਲੇ ਲੋਕਾਂ ਨੇ ਹੋ ਸਕਦਾ ਜੇ ਪ੍ਰੋਫਿਟ ਨਾ ਕੱਢਿਆ ਹੋਵੇ ਇਹਦੇ ਵਿੱਚੋਂ ਜ਼ਿਆਦਾ ਜਿਨ੍ਹਾਂ ਨੇ ਇੱਥੇ ਬਾਏ ਕੀਤਾ। ਲੁਕਸ ਲਾਈਕ ਇੱਥੇ ਕੁਝ ਨਾ ਕੁਝ ਪ੍ਰੋਫਿਟ ਇਹਦੇ ਵਿੱਚੋਂ ਨਿਕਲ ਗਿਆ, ਕਾਫੀ 280-240 ਦੀ ਮੂਵ ਆ। ਸੋ ਕਾਫੀ ਨਿਕਲ ਗਿਆ ਹੋਊਗਾ ਮੈਨੂੰ ਲੱਗਦਾ ਜਿਨ੍ਹਾਂ ਨੇ ਇੱਥੇ ਐਂਟਰ ਹੋਏ ਆ। ਸੋ ਕਹਿ ਸਕਦੇ ਹਾਂ ਥੋੜ੍ਹਾ ਸੇਫ ਸਾਈਡ ਹੀ ਆ, ਕਿਉਂਕਿ ਇੱਥੋਂ ਮੂਵ ਵਧੀਆ ਕਰਕੇ ਇੱਥੇ ਕਾਫੀ $40 ਦਾ ਡਰੋਪ ਹੋਇਆ ਥੋੜ੍ਹੇ ਦਿਨਾਂ ਦੇ ਵਿੱਚ। ਸੋ ਆਈ ਥਿੰਕ ਟੈਸਲਾ ਇਜ਼ ਆਲਸੋ ਗੁੱਡ ਅਰਨਿੰਗ। ਇਹਦੇ ਡਿਲੀਵਰੀ ਨੰਬਰਸ ਜਿਹੜੇ ਨੇ ਉਹ ਵਧੀਆ ਆਏ ਨੇ, ਉਹਨੂੰ ਦੇਖਦੇ ਹੋਏ ਆਪਾਂ ਕਹਿ ਸਕਦੇ ਹਾਂ ਕਿ ਗੁੱਡ ਅਰਨਿੰਗਸ ਡਰੋਪ ਹੋਣਗੀਆਂ, ਰਿਲੀਜ਼ ਹੋਣਗੀਆਂ, ਡਰੋਪ ਮਤਲਬ ਵੀ ਰਿਲੀਜ਼ ਕਰਨਗੇ। ਬਟ ਇਹੀ ਆ ਕਿ ਫਿਊਚਰ ਦੀ ਗਾਈਡੈਂਸ ਕੀ ਦਿੰਦੇ ਆ ਉਹ ਆਪਾਂ ਨੂੰ ਦੇਖਣ ਵਾਲਾ ਹੋਊਗਾ ਕਿ ਫਿਊਚਰ ਦੀ ਗਾਈਡੈਂਸ ਦੇ ਵਿੱਚ ਕੀ ਕੁਝ ਪੋਜ਼ਿਟਿਵ ਦੱਸਦੇ ਆ ਜਾਂ ਨਹੀਂ। ਨਾਲ ਦੀ ਨਾਲ ਥੋੜ੍ਹਾ ਜਿਹਾ ਇੱਕ ਪੁਸ਼ ਮਿਲੂਗੀ ਇਹਨੂੰ, ਉਹ ਕਾਹਦੀ ਕਿ ਐਲਾਨ ਮਸਕ ਨੇ ਕੀ ਕੀਤਾ ਕਿ ਲਾਸਟ ਅਰਨਿੰਗ ਤੋਂ ਬਾਅਦ ਟਵਿੱਟਰ ਦੇ ਲਈ ਇੱਕ ਨਵਾਂ CEO ਹਾਇਰ ਕਰ ਲਿਆ। ਉਹ ਥੋੜ੍ਹਾ ਜਿਹਾ ਹੋ ਸਕਦਾ ਆਪਣੇ ਆਪ ਦਾ ਪੋਜ਼ਿਟਿਵ ਰੀਪ੍ਰਜੈਂਟੇਸ਼ਨ ਕਰਕੇ ਜਾਵੇ ਕਿ ਹਾਂ ਹੁਣ ਮੇਰਾ ਧਿਆਨ ਜ਼ਿਆਦਾ ਜਿਹੜਾ ਟੈਸਲਾ 'ਤੇ ਆ, ਆਈ ਐਮ ਫੁੱਲੀ ਫੋਕਸ। ਨਾਲ ਦੀ ਨਾਲ ਜੇ ਤੁਸੀਂ ਦੇਖਿਆ ਹੋਵੇ ਤਾਂ ਇਹਨਾਂ ਦਾ ਪਹਿਲਾ ਜਿਹੜਾ ਸਾਈਬਰ ਟਰੱਕ ਉਹ ਵੀ ਕੱਲ੍ਹ ਪਰਸੋਂ ਦੀ ਨਿਊਜ਼ ਜੀ ਆ ਰਹੀ ਸੀ ਕਿ ਬਣ ਕੇ ਅਤੇ ਆ ਰਿਹਾ। ਸੋ ਮਾਰਕੀਟ ਦੇ ਵਿੱਚ ਉਹ ਵੀ ਥੋੜ੍ਹੀ ਜਿਹੀ ਇੱਕ ਪੁਸ਼ ਮਿਲੂਗੀ ਕਿ ਸਾਈਬਰ ਟਰੱਕ ਕਦੋਂ ਆ ਰਿਹਾ ਉਹਦੀ ਸੇਲ ਦੇ ਵਿੱਚ। ਸੋ ਕਾਫੀ ਜਿਹੜੇ ਬੂਸਟ ਨੇ ਟੈਸਲਾ ਨੂੰ ਮਿਲ ਸਕਦੇ ਆ ਹੋਪਫੁਲੀ, ਤਾਂ ਮੋਸਟਲੀ ਲੋਕ ਸ਼ਾਇਦ ਇਹਨੂੰ ਪੋਜ਼ਿਟਿਵ ਸਾਈਡ 'ਤੇ ਪਲੇ ਕਰਨ। ਜੇ ਕਿਸੇ ਨੇ ਕਰਨਾ ਤਾਂ ਸੇਮ ਚੀਜ਼ ਆ, ਬਟ ਮੈਂ ਟੈਸਲਾ ਨੂੰ ਨਹੀਂ ਪਲੇ ਕਰੂੰਗਾ, ਮੇਰਾ ਧਿਆਨ ਥੋੜ੍ਹਾ ਜਿਹਾ ਹੈਗਾ ਸ਼ਾਇਦ ਨੈੱਟਫਲਿਕਸ 'ਤੇ। ਸੋ ਉਸ ਤੋਂ ਬਾਅਦ ਸਟੋਕ ਹੈਗਾ ਜੀ ਆਪਾਂ ਐਮਾਜ਼ੋਨ, ਟੈਸਲਾ, ਨੈੱਟਫਲਿਕਸ ਨੂੰ ਟੱਚ ਕੀਤਾ, ਮੈਟਾ ਦੀ ਗੱਲ ਕਰੀਏ ਤਾਂ। ਸੋ ਮੈਟਾ ਵੀ ਇੱਕ ਐਸਾ ਸਟੋਕ ਆ ਜਿਹੜਾ ਕਾਫੀ ਦਿਨਾਂ ਤੋਂ ਅੱਪ ਜਾ ਰਿਹਾ। ਸੋ ਕਾਫੀ ਦਿਨਾਂ ਤੋਂ ਕੀ ਆਪਾਂ ਕਹਿ ਸਕਦੇ ਹਾਂ ਕਿ ਮਹੀਨਿਆਂ ਤੋਂ ਹੀ ਅੱਪ ਜਾ ਰਿਹਾ ਆਲਮੋਸਟ 2-3 ਮਹੀਨਿਆਂ ਤੋਂ। ਸੋ ਇਹਦੇ ਵਿੱਚ ਜੇ ਤੁਸੀਂ ਦੇਖੋ ਤਾਂ ਕੋਈ ਪ੍ਰੋਫਿਟ ਟੇਕਿੰਗ ਅਜੇ ਹੈਲਦੀ ਨਹੀਂ ਹੋਈ। ਸੋ ਇਹਦਾ ਕੰਮ ਥੋੜ੍ਹਾ ਜਿਹਾ ਡਿਊ ਹੈਗਾ, ਦੇਖਦੇ ਹਾਂ ਕਦੋਂ ਨਿਕਲਦਾ ਇਹਦੇ ਵਿੱਚੋਂ ਪ੍ਰੋਫਿਟ। ਸੋ ਇੱਥੇ ਮੇਰਾ ਸਾਰਾ ਚਾਰਟ ਨਹੀਂ ਆ ਰਿਹਾ, ਬਟ ਇਹਨੂੰ ਤੁਸੀਂ ਵਾਚ ਜ਼ਰੂਰ ਕਰਦੇ ਰਹਿਣਾ। ਇਹਦੇ ਕੋਈ ਨਾ ਕੋਈ ਤੁਹਾਨੂੰ ਅਨਗਲਫਿੰਗ ਕੈਂਡਲ ਮਿਲ ਜੇ ਡੇਲੀ ਦੇ ਵਿੱਚ, ਜਾਂ ਕੋਈ ਨਾ ਕੋਈ ਹੈਮਰ ਵਾਲੀ ਵਧੀਆ ਕੈਂਡਲ ਮਿਲ ਜੇ,
ਸੋ ਹੈਮਰ ਕਿੱਦਾਂ ਦੀ, ਇੱਦਾਂ ਦੀ ਕੈਂਡਲ ਮਿਲ ਕੇ ਅਤੇ ਉੱਤੋਂ ਅੱਗੇ ਤੁਹਾਨੂੰ ਰੈੱਡ ਕੈਂਡਲ ਮਿਲ ਜੇ ਅਗਲੇ ਦਿਨ ਦੀ, ਤਾਂ ਫਿਰ ਚਾਂਸ ਨੇ ਕਿ ਥੋੜ੍ਹਾ ਜਿਹਾ ਡਰੋਪ ਆ ਸਕਦਾ। ਅਨਗਲਫਿੰਗ ਕੈਂਡਲ ਕਿੱਦਾਂ ਦੀ, ਜਿੱਦਾਂ ਆਹ ਆਲਮੋਸਟ ਮਿਲੀ ਆ ਅਤੇ ਉੱਤੋਂ ਅਗਲੀ ਕੈਂਡਲ ਵੀ ਅਗਲੇ ਦਿਨ ਦੀ ਰੈੱਡ ਮਿਲ ਜੇ, ਤਾਂ ਚਾਂਸ ਹੈਗਾ ਨੇ ਕਿ ਥੋੜ੍ਹਾ ਜਿਹਾ ਡਰੋਪ ਆ ਸਕਦਾ। ਸੋ ਇਹਦੇ ਵਿੱਚ ਪ੍ਰੋਫਿਟ ਟੇਕਿੰਗ ਡਿਊ ਆ, ਬਟ ਪਤਾ ਨਹੀਂ ਹੁਣ ਕਦੋਂ ਹੋਣੀ ਆ, ਸੋ ਇਸ ਕਰਕੇ ਥੋੜ੍ਹਾ ਜਿਹਾ ਇਹਨੂੰ ਵਾਚ ਜ਼ਰੂਰ ਕਰਦੇ ਰਹਾਂਗੇ। ਇੱਥੇ ਵੀ ਹੈਮਰ ਕੈਂਡਲ ਛੱਡ ਕੇ ਗਿਆ, ਬਟ ਉਸ ਤੋਂ ਬਾਅਦ ਫਿਰ ਗ੍ਰੀਨ ਨੇ ਚੱਕ ਲਿਆ ਸੀਗਾ। ਸੋ ਅਜੇ ਕੁਛ ਵਧੀਆ ਡਰੋਪ ਕਿਤੇ ਵੀ ਨਹੀਂ ਹੋਇਆ, ਇੱਥੇ ਵੀ ਛੱਡ ਕੇ ਗਿਆ, ਬਟ ਉਸ ਤੋਂ ਬਾਅਦ ਫਿਰ ਗ੍ਰੀਨ ਨੇ ਕੰਮ ਚੱਕ ਲਿਆ। ਇੱਥੇ ਵੀ ਅਨਗਲਫ ਨਹੀਂ ਕੀਤਾ, ਇੱਥੇ ਵੀ ਗ੍ਰੀਨ ਦਾ ਜ਼ੋਰ ਹੈਗਾ ਥੋੜ੍ਹਾ ਜਿਹਾ। ਆਹ ਵੀ ਕੈਂਡਲ ਸਹੀ ਆ, ਬਟ ਆਪਾਂ ਦੇਖਣਾ ਕਿ ਦੋ ਕੁ ਕੈਂਡਲਾਂ ਲਗਾਤਾਰ ਰੈੱਡ ਦੇ ਵਿੱਚ ਇਹਦੀਆਂ ਡੇਲੀ ਵਾਲੀਆਂ ਕਲੋਜ਼ ਹੋਣ, ਫਿਰ ਥੋੜ੍ਹਾ ਜਿਹਾ ਦੇ 2-4 ਦਿਨ ਡਰੋਪ ਹੋਣ ਦੇ ਚਾਂਸ ਹੋਣਗੇ। ਸੇਮ ਐਜ਼ ਜਿੱਦਾਂ ਆਪਾਂ ਦੇਖ ਸਕਦੇ ਇੱਥੇ ਟੈਸਲਾ ਦੀ ਕਿ ਡਰੋਪ ਇੱਕ ਥੋੜ੍ਹੀ ਜਿਹੀ ਹੋ ਗਈ ਸੀ ਵਧੀਆ 2-4 ਦਿਨਾਂ ਦੇ ਵਿੱਚ। ਸੋ ਇਹ ਚੀਜ਼ ਨੂੰ ਥੋੜ੍ਹਾ ਜਿਹਾ ਵਾਚ ਕਰਨਾ, ਜਿਹੜਾ ਕਿ ਮੈਟਾ ਦੇ ਵਿੱਚ ਮੈਨੂੰ ਲੱਗਦਾ ਪ੍ਰੋਫਿਟ ਡਿਊ ਆ, ਅਤੇ ਨਾਲ ਦੀ ਨਾਲ ਉਹ ਕਦੋਂ ਹੋ ਸਕਦਾ ਜੇ ਕੈਂਡਲ ਵਗੈਰਾ ਨਹੀਂ ਬਣਦੀ ਤਾਂ ਥਰਸਡੇ ਅਤੇ ਫਰਾਈਡੇ ਵਾਲਾ ਏਰੀਆ। ਕਿਉਂ? ਕਿਉਂਕਿ ਉਹੀ ਫਿਰ ਜਿਹੜੀ ਨੈਸਡੈਕ ਦੀ ਰੀਬੈਲੈਂਸਿੰਗ ਹੋਣੀ ਆ, ਉਹਦੇ ਕਰਕੇ ਸ਼ਾਇਦ ਲੋਕ ਨਵੀਡੀਆ ਅਤੇ ਮੈਟਾ ਦੇ ਵਿੱਚੋਂ ਪ੍ਰੋਫਿਟ ਕੱਢ ਕੇ ਬਾਹਰ ਨਿਕਲਣ। ਸੋ ਇਸ ਚੀਜ਼ ਨੂੰ ਤੁਸੀਂ ਥੋੜ੍ਹਾ ਜਿਹਾ ਵਾਚ ਕਰ ਲੈਣਾ ਹੈ। ਠੀਕ ਹੈ ਜੀ। ਸੋ ਹੋਰ ਕੋਈ ਸਪਾਈ ਦੇ ਬਾਰੇ ਦੱਸਿਓ। ਹਾਂਜੀ, ਮੇਨ ਮੇਨ ਤੇ ਆਪਣਾ ਕੰਮ ਰਹਿ ਜੇ ਲੱਗਾ ਸੀ ਜੀ। ਸਪਾਈ ਕੀ ਕਹਿੰਦਾ ਜੀ? ਸੋ ਸਪਾਈ ਨਿਊ ਹਾਈ ਬਣਾ ਰਿਹਾ। ਆਈ ਥਿੰਕ ਕਿ ਸਪਾਈ ਸ਼ਾਇਦ ਇੱਕ ਵਾਰੀ 444 ਨੂੰ ਰੀਟੈਸਟ ਕਰਕੇ ਅਤੇ ਉੱਪਰ ਹੀ ਜਾਵੇ। $450 ਦਾ ਆਪਣਾ ਟਾਰਗੇਟ ਸੀ ਕਿ ਇੱਥੋਂ ਡਿੱਗੂਗਾ, 450 ਨੂੰ ਟੱਚ ਕਰ ਗਿਆ। ਦੇਖਦੇ ਹਾਂ ਕਿ ਇੱਕ ਵਾਰੀ ਡਰੋਪ ਹੁੰਦਾ, ਇੱਕ ਸਾਈਕੋਲੋਜੀਕਲ ਰੈਜ਼ਿਸਟੈਂਸ ਹੁੰਦਾ ਆ। ਜਿਹੜਾ ਕੋਈ ਵੀ ਵੱਡਾ ਸਟਾਕ ਆ, ਜਿੱਦਾਂ $125, $150 ਹੋ ਗਿਆ, $175, ਜਿਹੜੇ ਵੀ $25 ਦੀ ਬੂ ਆ। ਸੋ ਇਹਦਾ ਵੀ ਸੇਮ ਆ, ਜਿੱਦਾਂ 425 ਆ, 425 ਤੋਂ ਬਾਅਦ 450 ਆ। ਇੱਥੇ ਥੋੜ੍ਹਾ ਜਿਹਾ ਰੁਕ ਕੇ ਦੇਖਦੇ ਹਾਂ ਡਰੋਪ ਹੋ ਕੇ ਇੱਕ ਵਾਰੀ 444 ਤੱਕ ਆਉਂਦਾ, ਸ਼ਾਇਦ ਕੱਲ੍ਹ ਨੂੰ ਜਾਂ ਇਸ ਵੀਕ ਦੇ ਵਿੱਚ ਕਿਤੇ ਆਣ ਕੇ ਤੁਹਾਨੂੰ ਮੌਕਾ ਦੇਵੇ ਅਤੇ 444 ਅਤੇ ਬਾਅਦ 'ਚ ਉੱਪਰ ਜਾਵੇ। ਸੋ ਜਿਹੜੀ ਹੁਣ ਨੈਕਸਟ ਇੰਟਰਸਟ ਰੇਟ ਹਾਈਕ ਆਉਣੀ ਆ, ਇਸ ਵੀਕ ਨੂੰ ਛੱਡ ਕੇ ਉਹਦੇ ਅਗਲੇ ਦੇ ਵਿੱਚ ਆ। ਹੁਣ ਇੰਟਰਸਟ ਰੇਟ ਹਾਈਕ 99% ਚਾਂਸ ਆ ਕਿ ਆਉਣੀ ਆ। ਠੀਕ ਆ, ਅੱਜ ਲਾਈਵ ਥੋੜ੍ਹਾ ਜਿਹਾ ਬੜਾ ਲੰਮਾ ਨਹੀਂ ਚੱਲ ਜਾ ਲੱਗਾ, ਚਲੋ ਠੀਕ ਆ, ਕੰਟਰੋਲ ਕਰਦੇ ਹਾਂ। ਸੋ ਇਹ ਆ ਕਿ ਇੰਟਰਸਟ ਰੇਟ ਹਾਈਕ 99% ਚਾਂਸ ਆ ਆਉਣੀ ਆ, ਬਟ ਇੰਟਰਸਟ ਰੇਟ ਹਾਈਕ ਤੋਂ ਪਹਿਲਾਂ ਕੀ ਪ੍ਰੋਫਿਟ ਟੇਕ ਹੋਇਆ? ਨਹੀਂ। ਸੋ ਇਸ ਕਰਕੇ ਨੈਕਸਟ ਵੀਕ ਨੂੰ ਮੈਂ ਅਜੇ ਵੀ ਥੋੜ੍ਹਾ ਜਿਹਾ ਬੀਰਿਸ਼ ਮੰਨ ਕੇ ਚੱਲ ਰਿਹਾ ਕਿ ਮਾਰਕੀਟ ਥੋੜ੍ਹਾ ਬਹੁਤਾ ਜਿਹੜਾ ਪ੍ਰੋਫਿਟ ਆ ਗਿਵ ਬੈਕ ਕਰੂਗੀ। ਉਹ ਦੇਖਦੇ ਹਾਂ ਮੰਡੇ ਤੋਂ ਸ਼ੁਰੂ ਹੋ ਜਾਂਦਾ ਜਾਂ ਥਰਸਡੇ ਫਰਾਈਡੇ ਨੂੰ ਨੈਸਡੈਕ ਦੀ ਰੀਬੈਲੈਂਸਿੰਗ ਕਰਕੇ, ਨਾਲ ਦੀ ਨਾਲ ਉਹ ਤੋਂ ਅੱਗੇ ਫੈਡ ਦੀ ਮੀਟਿੰਗ ਆਉਣੀ ਆ, ਉਹਨਾਂ ਦੋਵਾਂ ਚੀਜ਼ਾਂ ਨੂੰ ਦੇਖਦੇ ਹੋਏ ਅਤੇ ਮਾਰਕੀਟ ਥਰਸਡੇ ਫਰਾਈਡੇ ਨੂੰ ਕਰਦੀ ਆ। ਬਟ ਆਈ ਐਮ ਸਟਿਲ ਲੁਕਿੰਗ ਐਟ ਕਿ ਥੋੜ੍ਹਾ ਜਿਹਾ ਸਟਾਕ ਇੱਕ ਵਾਰੀ ਗਿਵ ਬੈਕ ਕਰਨਗੇ। ਕਦੋਂ ਕਰਦੇ ਆ ਜੀ ਆਪਾਂ ਨੂੰ ਐਗਜੈਕਟ ਨਹੀਂ ਪਤਾ, ਬਟ ਇਹੀ ਆ ਧਿਆਨ ਕਿ ਥੋੜ੍ਹਾ ਜਿਹਾ ਮਾਰਕੀਟ ਥੱਲੇ ਡਿੱਗਣ ਦੇ ਚਾਂਸ ਹੈਗੇ। ਜਿੱਦਾਂ ਲਾਸਟ ਵੀਕ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਕਾਫੀ ਪੰਪ ਕੀਤਾ ਮਾਰਕੀਟ ਨੇ CPI ਡਾਟੇ ਤੋਂ ਬਾਅਦ। ਸੋ ਪ੍ਰੋਫਿਟ ਟੇਕਿੰਗ ਇੰਟਰਸਟ ਰੇਟ ਹਾਈਕ ਤੋਂ ਪਹਿਲਾਂ ਹੋ ਸਕਦੀ ਆ, ਨੈਸਡੈਕ ਰੀਬੈਲੈਂਸਿੰਗ ਤੋਂ ਪਹਿਲਾਂ ਹੋ ਸਕਦੀ ਹੈ ਟੈਕ ਦੇ ਵਿੱਚ। ਸੋ ਤਾਂ ਕਰਕੇ ਆਪਾਂ QQQ ਨੂੰ ਹੀ ਪਲੇ ਕਰਨਾ ਆ, ਸਪਾਈ ਨੂੰ ਪਲੇ ਨਹੀਂ ਕਰਨਾ। ਸੋ ਉੱਤੋਂ ਅਗਲੇ ਵੀਕ ਦੇ ਵਿੱਚ ਦੇਖਾਂਗੇ ਕਿ QQQ ਮੰਡੇ ਤੋਂ ਨੈਕਸਟ ਮੰਡੇ ਤੋਂ ਕਿੱਦਾਂ ਬਿਹੇਵ ਕਰਦਾ ਆਹ ਵਾਲੇ ਤੋਂ ਨਹੀਂ, ਫਿਰ ਸ਼ਾਇਦ ਆਪਾਂ ਨੂੰ ਵਾਪਸ ਸਪਾਈ ਦੇ ਵਿੱਚ ਜਾਣਾ ਪਵੇ। ਸੋ ਇਹਦਾ ਵੀ ਚਾਂਸ ਹੈਗੇ ਨੇ ਨੀਚੇ ਆਣ ਕੇ ਇੱਕ ਵਾਰੀ 372 ਦਾ ਸ਼ਾਇਦ ਆਪਾਂ ਨੂੰ ਰੀਟੈਸਟ ਦੇਵੇ। ਇੱਕ ਵਾਰੀ ਕਰਤੇ ਗਿਆ 372 ਨੂੰ, 373 ਨੂੰ ਰੀਟੈਸਟ ਇੱਥੇ, ਬਟ ਸ਼ਾਇਦ ਇੱਕ ਅੱਧੀ ਵਾਰੀ ਹੋਰ ਆਣ ਕੇ ਅਤੇ ਫਿਰ ਉੱਪਰ ਜਾਵੇ, ਜਿਹੜਾ ਕਿ ਮੈਂ ਦੇਖ ਰਿਹਾ ਕਿ ਪ੍ਰੋਫਿਟ ਟੇਕਿੰਗ ਥੋੜ੍ਹੀ ਜਿਹੀ ਹੋਵੇ ਇੰਟਰਸਟ ਰੇਟ ਹਾਈਕ ਆਉਣ ਤੋਂ ਪਹਿਲਾਂ। ਨੈੱਟਫਲਿਕਸ ਜੀ ਪੱਕਾ ਨਹੀਂ ਪਤਾ, ਬਟ ਇਹ ਆ ਕਿ ਨੈੱਟਫਲਿਕਸ ਦਾ ਥੋੜ੍ਹਾ ਜਿਹਾ ਦੇਖਣੀਆਂ ਪੈਣੀਆਂ ਨਿਊਜ਼ਾਂ। ਸੋ ਮਿਡਲ ਦੇ ਵਿੱਚ ਸ਼ਾਇਦ ਟਿਊਜ਼ਡੇ ਨੂੰ ਟਿਕਟੋਕ 'ਤੇ ਲਾਈਵ ਕਰਾਂਗੇ, ਉੱਤੇ ਫਿਰ ਆਪਾਂ ਗੱਲਬਾਤ ਕਰਾਂਗੇ ਥੋੜ੍ਹੀ ਜਿਹੀ ਟੈਸਲਾ ਦੀ ਅਰਨਿੰਗ ਬਾਰੇ ਅਤੇ ਨੈੱਟਫਲਿਕਸ ਦੀ ਅਰਨਿੰਗ ਬਾਰੇ, ਥੋੜ੍ਹਾ ਜਿਹਾ ਉਹਦੇ ਬਾਰੇ ਸਟੱਡੀ ਕਰਕੇ ਹੋਰ। ਸੋ ਇਹ ਆ ਜੀ ਆਪਣਾ QQ ਦਾ ਏਰੀਆ। ਸੋ ਭਾਅ ਜੀ ਉਹਨਾਂ ਨੇ ਇੱਕ ਕੁਸ਼ਚਨ ਪੁੱਛਿਆ ਸੀ ਜੀ ਸਟਾਕ ਬਾਰੇ, UFPT, ਹੋਪਫੁਲੀ ਸਟਾਕ ਹੀ ਹੋਵੇ ਜੀ, ਕੋਈ ਕੋਇਨ ਨਾ ਹੋਵੇ। ਸੋ ਸਟਾਕ ਹੀ ਆ। ਸੋ ਕਹਿੰਦੇ ਕਿ ਕੀ ਆਪਾਂ ਨੂੰ ਇੱਥੇ ਰੀਟ ਸਵਿੰਗ ਕਰਨਾ ਚਾਹੀਦਾ? ਹੋਪਫੁਲੀ ਤੁਸੀਂ ਲੌਂਗ ਸਾਈਡ 'ਤੇ ਸਵਿੰਗ ਭਾਲ ਰਹੇ ਹੋ। ਸੋ ਵਧੀਆ ਮੂਵ ਕਰ ਰਿਹਾ, ਜਾ ਸਕਦਾ ਜੀ ਇੱਥੋਂ 197.50 ਤੱਕ। ਸੋ ਹੋਪਫੁਲੀ ਇਹ ਮਾਰਕੀਟ ਦੇ ਨਾਲ ਚੱਲ ਰਿਹਾ ਜਾਂ ਨਹੀਂ, ਇਹਦੀ ਆਪਣੀ ਡਾਇਰੈਕਸ਼ਨ ਆ। ਸੋ ਸਟਾਕ ਦੀ ਆਪਣੀ ਡਾਇਰੈਕਸ਼ਨ ਹੈਗੀ ਆ, ਵਿਚ ਇਜ਼ ਗੁੱਡ ਥਿੰਗ ਕਿ ਮਾਰਕੀਟ ਦੇ ਨਾਲ ਨਹੀਂ ਚੱਲ ਰਿਹਾ। ਸੋ ਵਾਪਸੀ 197.50-200 ਤੱਕ ਜਾ ਸਕਦਾ, ਹੋ ਸਕਦਾ ਉੱਥੋਂ ਨਿਊ ਹਾਈ ਵੀ ਬਣਾ ਲਏ, ਅਨਲੈਸ ਕੋਈ ਨਿਊਜ਼ ਆਉਂਦੀ ਆ। ਉਹ ਤਾਂ ਤੁਹਾਨੂੰ ਪਤਾ ਹੀ ਆ ਕਿ ਮਾਰਕੀਟ ਦੇ ਵਿੱਚ ਸਾਰੀ ਸਟਾਕ ਦੀ ਜਿਹੜੀ ਆ ਡਾਇਰੈਕਸ਼ਨ ਉਹ ਚੇਂਜ ਕਰ ਸਕਦੀ ਆ, ਜਾਂ ਓਵਰਆਲ ਮਾਰਕੀਟ ਦੀ ਡਾਇਰੈਕਸ਼ਨ ਹੀ ਚੇਂਜ ਹੋ ਸਕਦੀ ਆ। ਬਟ ਲੁਕਿੰਗ ਐਟ ਚਾਰਟ ਇਹ ਮਾਰਕੀਟ ਤੋਂ ਵੱਖਰਾ ਚੱਲ ਰਿਹਾ, ਅਤੇ ਜਿਹੜੀ ਕਿ ਵਧੀਆ ਚੀਜ਼ ਆ, ਅਤੇ ਮੈਨੂੰ ਲੱਗਦਾ ਕਿ $200 ਤੱਕ ਜਾ ਸਕਦਾ ਲੁਕਿੰਗ ਐਟ ਦਾ ਚਾਰਟ, ਜੋ ਕੁਛ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ। ਸੋ ਇੱਕ ਸਟਾਕ ਹੈ ਜੀ ਜਿਹਦੇ ਬਾਰੇ ਆਪਾਂ ਗੱਲ ਕਰਨੀ ਹੈ, ਕਾਫੀ ਟਾਈਮ ਹੋ ਗਿਆ ਇਹਨੂੰ ਆਪਾਂ ਟੱਚ ਨਹੀਂ ਕੀਤਾ ਅਤੇ ਨਾ ਹੀ ਇਹਨੂੰ ਟ੍ਰੇਡ ਕੀਤਾ ਆ,
सो लेट्स अरेज दिस ऑल, तो इनू साफ कर दिए। सो ये दो लैवल ने जिन्हों आप वाच करने हैं, 47, 48 या 50 वाला। तो जो ड्रॉप होंगी है तो आह वाले एरिए आप देखते हैं कि आपको एक मौका दिता या नहीं $35। सो काफ़ी दिन हो गए इन्हों ट्रेड नहीं किया कदे भी, या इन्हों चैक नहीं किया, मैं क्या चलो करते हैं। सो ये वाला एरिया देखना क्योंकि इतों उपर चढ़ गया एक बार। सो 35-50 वाला एरिया शायद इतों एक बारी तुम मौका दे एंटर होने का। सो इनू वाच करना है तो उपर है 47। एक स्टॉक होर जी सोफाई। सो सोफाई की जी अर्निंग आनी आ मैं लगता कि एक मिनट जी, सो इस मंथ के एंड ते आई गैस। सो लैट मी क्विकली चैक सोफाई की अर्निंग्स 31। हाँ जी, सो 31 जुलाई में सोफाई की अर्निंग आनी है, जिदे करके मैं लगता कि यदि हाइप थोड़ी जी बनूगी। सो इस करके ऑलरेडी $10 वालों जा रहा, वधिया जा रहा। सो मेरा यही प्लैन से कि आह वाले वीक दे विच, नैक्सट वीक दे विच, जे किसी ने अर्निंग नू देख के बाय करना सोफाई, क्योंकि फ्यूचर की गाइडेंस वधिया दे सकते हैं। इको चीज़ नैगेटिव थोड़ी जी हुई है कि जिहड़ी बाइडन होना ने आई थिंक 39 बिलियन या 49 बिलियन का जिहड़ा डैट आ वो माफ़ कर दिता, बट इट इज़ नॉट इनफ जे आप देखिए 400 कुछ बिलियन का डैट हैगा सी, जिहदे विचों 39 बिलियन ही माफ़ किया, बाकी तो हुण पे करना ही पैना है क्योंकि जिहड़ा कोर्ट आ वो कहिंदा कि असीं डिले नहीं करना उहदियां पेमेंटां नू। सो उहदे करके हुण देखते हैं कि जिहड़ा सोफाई है नैक्सट 2 वीकां दे विच हाइप बन दे चांस हैगे आ। स्टिल रिस्की होगा बट आई स्टिल सी कि शायद लोग यदि अर्निंग प्ले करना तो इनू तुसी देख सकते हो अगले 2 वीकां दे विच। स्टॉक ही मैं रिकमेंड कर रहा, ऑप्शन नहीं, क्योंकि स्टॉक जो थले भी चल जूगा होल्ड कर लोगे, ऑप्शन यदि जो एक बार थले डिगी बाद दे विच वापस आना उन्नी टाइम नू ते तुहाडे थीटे ने खा जाना। सो इस करके जो प्ले करना अर्निंग सोफाई दिनों 2 वीकली होल्ड करना आ, तो जिहड़ा तुसी आ वो स्टॉक ही प्ले करने आ, इहदा तुसी ऑप्शन नहीं प्ले करने आ। सो ये ने जी सारा वीकेंड ते जो अपना प्लैन हैगा, किहड़े किहड़े स्टॉक आपां वाच कर रहे हैं, सो मार्केट तों कित्थों देख रहे हैं। सो बाकी जिहड़े लाइव ट्रेड ते आ, सो कल मिलते हैं जी सारिआं नूं जिन्हां ने वीकेंड ते भी लाइव किया। सो होपफुली तुहानूं मैं ईमेल दे विच भेज दित्ता होणा कि तुसीं लाइव नूं किद्दां वाच करना, कित्थे चैट करनी आ, ते फिर करदे हां कल ट्रेडिंग। सो थैंक यू, गुड नाइट, टेक केयर, बाय बाय।